ਜੀ ਸਾਰੇ ਜਸ ਟੀਵੀ ਦੇ ਦਰਸ਼ਕਾਂ ਨੂੰ ਜਿਵੇਂ ਬੜਾ ਬੜੋ ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਸਾਰਿਆਂ ਦਾ ਸਾਂਝਾ ਤੇ ਤੁਹਾਡੇ ਸਾਰਿਆਂ ਦੀਆਂ ਸਾਂਝੀਆਂ ਤੇ ਦਿਲ ਦੀਆਂ ਗੱਲਾਂ ਲੈ ਕੇ ਹਰ ਮੰਗਲਵਾਰ ਦੀ ਤਰ੍ਹਾਂ ਫਿਰ ਪੇਸ਼ ਹਾਂ ਲਾਈਵ ਇੰਡੀਅਨਾਪੋਲਿਸ ਇੰਡੀਆਨਾ ਤੋਂ, ਜੋ ਆਪਾਂ ਹਰ ਮੰਗਲਵਾਰ ਕਰਦੇ ਹਾਂ। ਜੇ ਤੁਸੀਂ ਵੀ ਇਸ ਸ਼ੋਅ ਦਾ ਹਿੱਸਾ ਬਣਨਾ ਚਾਹੁੰਦੇ ਹੋ ਜਾਂ ਆਪਣਾ ਕਮੈਂਟ ਜਾਂ ਆਪਣੇ ਦਿਲ ਦੀ ਗੱਲ ਜਾਂ ਆਪਣੇ ਆਲੇ ਦੁਆਲੇ ਦੀ ਜਾਂ ਪਿਛੋਕੜ ਦੀ ਜਾਂ ਆਪਣੇ ਫੈਮਿਲੀ ਦੀ ਜਾਂ ਕਿਸੇ ਤਰ੍ਹਾਂ ਦੀ ਵੀ ਗੱਲ ਜਿਹੜੀ ਤੁਸੀਂ ਵਰਲਡ ਦੇ ਵਿੱਚ ਰੱਖਣਾ ਚਾਹੁੰਦੇ ਹੋ, ਤੇ ਜਸ ਟੀਵੀ ਦਾ ਇੱਕ ਐਸਾ ਮੰਚ ਹੈ ਜਿੱਥੇ ਤੁਸੀਂ ਖੁੱਲ੍ਹ ਕੇ ਆਪਣੇ ਦਿਲ ਦੀ ਗੱਲ ਕਰ ਸਕਦੇ ਹੋ ਕਿ ਕੋਈ ਰੋਕ ਟੋਕ ਨਹੀਂ ਹੈ ਕਿ ਆਹ ਗੱਲ ਕਰਨੀ ਜਾਂ ਆਹ ਗੱਲ ਨਹੀਂ ਕਰਨੀ, ਕਿ ਆਪਾਂ ਇੱਥੇ ਗੱਲ ਧਰਮ ਦੀ ਹੋਵੇ ਜਾਂ ਇਨਸਾਨੀਅਤ ਦੀ ਹੋਵੇ ਜਾਂ ਆਪਣੇ ਪਰਸਨਲ ਵਿਚਾਰ ਹੋਣ। ਤੁਸੀਂ ਕੋਈ ਵੀ ਇਸ ਸ਼ੋਅ ਦੇ ਵਿੱਚ, ਖਾਸ ਕਰਕੇ ਜਿਹੜਾ ਸ਼ੋਅ ਆਪਾਂ ਇੰਡੀਅਨ ਐਪਸ ਤੋਂ ਕਰਦੇ ਹਾਂ ਕਮਿਊਨਿਟੀ ਕਨੈਕਟ, ਇਹਦਾ ਮਤਲਬ ਵੀ ਕਮਿਊਨਿਟੀ ਕਨੈਕਟ ਦਾ, ਆਪਾਂ ਕਮਿਊਨਿਟੀ ਦੀ ਹੀ ਗੱਲ ਕਰਦੇ ਹਾਂ ਔਰ ਕਮਿਊਨਿਟੀ ਨੂੰ ਹੀ ਕਨੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦਾ ਜੋ ਆਪਣਾ ਐਪੀਸੋਡ ਹੋਗਾ ਉਹ ਵੀ ਇਸ ਕਮਿਊਨਿਟੀ ਦੇ ਬੇਸ 'ਤੇ ਹੀ ਹੋਊਗਾ ਕਿ ਪੰਜਾਬੀ ਕਮਿਊਨਿਟੀ ਕਿਵੇਂ ਕਨੈਕਟਡ ਆ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਕਨੈਕਟ ਰਹੂਗੀ। ਸਾਡੇ ਸ਼ੋਅ ਦੀ ਥੱਲੇ ਈਮੇਲ ਜਿਹੜੀ ਆ ਉਹ ਜ਼ਰੂਰ ਲਿਖੀ ਆਉਂਦੀ, ਤੁਸੀਂ ਈਮੇਲ ਵੀ ਕਰ ਸਕਦੇ ਹੋ, ਲੇਕਿਨ ਫਿਰ ਵੀ ਦੱਸ ਦਿੰਦੇ ਕਿ brad@justbroadcasting.com ਜਾਂ info@justbroadcasting.com ਜਾਂ ਪਰਸਨਲ ਨੰਬਰ ਮੇਰਾ ਵੀ ਥੱਲੇ ਆਉਂਦਾ ਹੈ ਉਹ 'ਤੇ ਤੁਸੀਂ ਆਫਲਾਈਨ ਕਾਲ ਕਰ ਸਕਦੇ ਹੋ ਜਾਂ ਜਿਹੜਾ ਥੱਲੇ ਲਿਖੇ ਸਟੂਡੀਓ ਦਾ ਨੰਬਰ ਹੈ ਉਹ 'ਤੇ ਤੁਸੀਂ ਕਾਲ ਕਰਕੇ ਲਾਈਵ ਸ਼ੋਅ ਦੇ ਵਿੱਚ ਆਪਣਾ ਕਮੈਂਟ ਜਾਂ ਗੱਲਬਾਤ ਕਰ ਸਕਦੇ ਹੋ। ਅਤੇ ਅੱਜ ਦਾ ਜਿਹੜਾ ਐਪੀਸੋਡ ਹੈ ਬੜਾ ਹੀ ਖਾਸ ਲੱਗਿਆ ਇਸ ਮਨ ਨੂੰ ਕਿ ਆਪਾਂ ਥੋੜ੍ਹਾ ਜਿਹਾ ਪਿੱਛੇ ਨੂੰ ਜਾ ਕੇ ਦੇਖਾਂਗੇ ਕਿ ਅਸੀਂ ਕਿਸ ਜਗ੍ਹਾ ਤੋਂ ਜੰਪਲ, ਖਾਸ ਕਰਕੇ ਆਪਾਂ, ਮੈਂ ਜਲੰਧਰ ਤੋਂ ਬਿਲੋਂਗ ਕਰਦਾ, ਜਲੰਧਰ ਦੀ ਅੱਜ ਗੱਲ ਕਰਾਂਗੇ ਜਾਂ ਪੂਰੇ ਪੰਜਾਬ ਦੀ ਵੀ ਗੱਲ ਕਰਾਂਗੇ, ਇਕੱਲੇ ਜਲੰਧਰ ਦੀ ਨਹੀਂ ਹੈ, ਕਿ ਆਪਣਾ ਜੋ ਪਿਛੋਕੜ ਸੀ ਆਪਣਾ ਉਹ ਕਿੱਦਾਂ ਗੁਆਚ ਗਿਆ ਜਾਂ ਪਿੱਛੇ ਕਿੱਥੇ ਰਹਿ ਗਿਆ ਜਾਂ ਅਸੀਂ ਕਿੱਥੋਂ ਚੱਲੇ ਸੀ, ਕਿੱਧਰ ਨੂੰ ਚੱਲ ਪਏ, ਅਸੀਂ ਕੀ ਦੇਖਿਆ। ਕਿਉਂਕਿ ਮੋਸਟਲੀ ਹਰ ਇੱਕ ਇਨਸਾਨ ਦਾ, ਖਾਸ ਕਰਕੇ ਜਿਹੜੇ ਪੰਜਾਬ ਤੋਂ ਨੇ, ਉਹਨਾਂ ਦਾ ਅੜਾਮਾ ਕਿ ਸਰਕਾਰਾਂ ਨੇ ਸਾਡੇ ਲਈ ਕੁਛ ਨਹੀਂ ਕੀਤਾ। ਅੱਜ ਆਪਾਂ ਥੋੜ੍ਹੀ ਗੱਲ ਕਰਾਂਗੇ ਕਿ ਸਰਕਾਰਾਂ ਨੇ ਕੀ ਕੀਤਾ, ਅਸੀਂ ਕੀ ਕੀਤਾ ਜਾਂ ਸਾਡੇ ਜਿਹੜੇ ਪੁਰਖਿਆਂ ਨੇ ਕੀ ਕੀਤਾ। ਥੋੜ੍ਹਾ ਪਿੱਛੇ ਨੂੰ ਝਾਤ ਮਾਰਾਂਗੇ ਕਿ ਅਸੀਂ ਪੰਜਾਬ 'ਚੋਂ ਚੱਲੇ, ਖਾਸ ਕਰਕੇ ਜੇ ਗੱਲ ਕਰੀਏ ਜਿਹੜਾ ਜਲੰਧਰ ਏਰੀਆ, ਜਲੰਧਰ ਜ਼ਿਲ੍ਹਾ ਉਹ ਸਭ ਤੋਂ ਪੁਰਾਣਾ ਬਾਹਰਲੇ ਮੁਲਕਾਂ ਵਿੱਚ ਹੈ। ਜੇ ਕਹੀਏ ਵੀ ਆਲਮੋਸਟ 150 ਸਾਲ, ਜਿੱਥੇ ਤੱਕ ਮੈਨੂੰ ਪਤਾ, ਹੋ ਸਕਦਾ 200 ਸਾਲ ਹੀ ਹੋ ਗਿਆ ਹੋਵੇ, ਪਰ 150 ਸਾਲ ਤਾਂ ਪੱਕਾ ਆ ਕਿ 150 ਸਾਲ ਹੋ ਚੁੱਕਿਆ ਜਦੋਂ ਦੇ ਇਸ ਏਰੀਏ ਦੇ ਲੋਕ ਬਾਹਰ ਇੰਗਲੈਂਡ ਤੋਂ ਸ਼ੁਰੂਆਤ ਹੋ ਕੇ ਬਾਹਰਲੇ ਕੰਟਰੀਆਂ ਵਿੱਚ ਬੈਠੇ ਨੇ, ਕਾਫੀ ਪੁਰਾਣੇ ਨੇ ਉਹ। ਜਲੰਧਰ ਏਰੀਏ ਨੇ ਕਾਫੀ ਵੱਡੀਆਂ ਮੱਲਾਂ ਵੀ ਮਾਰੀਆਂ। ਉਹਦਾ ਕਾਰਨ ਕੀ ਸੀ? ਉਹਦਾ ਕਾਰਨ ਪਿਛਲੇ ਵੀਕਐਂਡ 'ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿਹੜਾ ਜਲੰਧਰ ਏਰੀਆ ਉਹ ਇੰਨੀ ਜਲਦੀ ਬਾਹਰ ਕਿਉਂ ਨਿਕਲਿਆ ਜਾਂ ਉਹ ਬਾਹਰ ਆਉਣ ਦਾ ਸੰਬੰਧ ਕਿਸ ਤਰ੍ਹਾਂ ਬਣਿਆ, ਜਾਂ ਉਹ ਸਿੰਗਾਪੁਰ ਗਏ, ਫਿਰ ਹੋਰ ਕੰਟਰੀਆਂ ਜਿੱਥੇ ਬਹੁਤ ਪੁਰਾਣੇ, ਆਪਾਂ ਕਹੀਏ ਵੀ 1947 ਤੋਂ ਵੀ ਪਹਿਲੋਂ ਜਦੋਂ ਤੋਂ ਜਿਹੜਾ ਪੰਜਾਬ ਸੀ ਉਹ ਅੰਗਰੇਜ਼ਾਂ ਦੀ ਪਕੜ ਵਿੱਚ ਆਇਆ, ਸਾਰਿਆਂ ਤੋਂ ਅਖੀਰਲਾ ਜਿਹੜਾ ਸੂਬਾ ਸੀ ਇੰਡੀਆ ਦਾ, ਭਾਰਤ ਦਾ ਕਹਿ ਲਓ, ਉਹ ਗੁਲਾਮ ਕਹਿ ਲਓ ਜਾਂ ਉਹਨੀ ਕਬਜ਼ਾ ਕੀਤਾ ਇੰਗਲੈਂਡ ਵਾਲਿਆਂ ਨੇ, ਉਹ ਸਭ ਤੋਂ ਆਖਰੀ ਹਿੱਸਾ ਪੰਜਾਬ ਸੀ। ਉਸ ਤੋਂ ਬਾਅਦ ਜੋ ਜਾਣਨ ਨੂੰ ਮਿਲਿਆ ਜਾਂ ਦੇਖਣ ਵਿੱਚ ਸੁਣਿਆ ਜਾਂ ਕੁਛ ਹਿਸਟਰੀ ਪੜ੍ਹੀ ਕਿ ਜਦੋਂ ਗੋਰਿਆਂ ਨੇ ਜਾ ਕੇ ਉੱਥੇ ਪੰਜਾਬੀਆਂ ਦਾ ਰਵੱਈਆ ਦੇਖਿਆ, ਇਹਨਾਂ ਦਾ ਕੰਮ ਕਰਨ ਦੇ ਢੰਗ ਦੇਖੇ ਜਾਂ ਇਹਨਾਂ ਦੀ ਜਿਹੜੀ ਆਪਾਂ ਕਹਿੰਦੇ ਦਲੇਰੀ ਦੇਖੀ, ਹਰ ਪਾਸਿਓਂ ਦੇਖੀ ਕਿ ਇਹ ਇੱਕ ਐਸੀ ਕੌਮ ਹੈ ਜਿਸ ਨੂੰ ਲੈ ਕੇ ਅਸੀਂ ਬਹੁਤ ਚੀਜ਼ਾਂ ਇਹਨਾਂ ਤੋਂ ਕਰਵਾ ਸਕਦੇ, ਅੱਗੇ ਜਾ ਸਕਦੇ ਹਾਂ। ਉਹ ਗੱਲ ਕੰਮ ਕਰਨ ਦੀ ਲਾ ਲਓ ਜਾਂ ਪੜ੍ਹਾਈ ਦੀ ਲਾ ਲਓ ਜਾਂ ਲੜਾਈ ਦੀ ਲਾ ਲਓ ਜਾਂ ਖਾਣ ਪੀਣ ਦੀ ਲਾ ਲਓ ਜਾਂ ਖਿਲਾਉਣ ਦੀ ਲਾ ਲਓ, ਇਹ ਸਾਰੇ ਪਾਸਿਓਂ ਇਹ ਕੌਮ ਜਾਂ ਇਹ ਪੰਜਾਬ ਪੂਰਾ ਕਾਫੀ ਅੱਗੇ ਆ। ਸਾਰੇ ਭਾਰਤ ਵਿੱਚੋਂ ਲਾ ਲਓ ਜਾਂ ਇੰਡੀਆ 'ਚੋਂ ਲਾ ਲਓ, ਹਿੰਦੁਸਤਾਨ 'ਚੋਂ ਲਾ ਲਓ, ਕਿਸੇ ਵੀ ਦੇਖੋਗੇ ਕਿ ਜਿਹੜਾ ਪੰਜਾਬ ਆ ਉਹ ਕਾਫੀ ਪੱਖਾਂ ਤੋਂ ਹਰ ਇੱਕ ਚੀਜ਼ ਤੋਂ ਅੱਗੇ ਆ। ਉਹ ਦੂਸਰਾ ਜਿਹੜੀ ਕੁਦਰਤ ਆ ਉਹਨੇ ਬੜੀ ਵੱਡੀ ਦੇਣ ਦਿੱਤੀ ਹੋਈ ਆ ਕਿ ਪੰਜਾਬ ਦਾ ਮੌਸਮ ਅਤੇ ਪੰਜਾਬ ਦੀ ਧਰਤੀ ਇੱਕ ਐਸੀ ਜਿਹੀ ਧਰਤੀ ਆ ਜਿੱਥੇ ਕੋਈ ਵੀ ਫਸਲ ਬੀਜੀ ਜਾ ਸਕਦੀ ਔਰ ਉੱਥੇ ਪੈਦਾ ਵੀ ਹੁੰਦੀ ਆ, ਕਿਉਂਕਿ ਉੱਥੇ ਠੰਡ ਦਾ ਮੌਸਮ ਵੀ ਬਹੁਤ ਵਧੀਆ ਹੁੰਦਾ ਅਤੇ ਗਰਮੀ ਦਾ ਮੌਸਮ ਵੀ ਬਹੁਤ ਵਧੀਆ ਹੁੰਦਾ, ਔਰ ਉੱਥੇ ਜਿਹੜੇ ਇਨਸਾਨ ਜਾਣੀ ਕਿ ਲੋਕ ਵੱਸਦੇ ਨੇ, ਇਨਸਾਨੀਅਤ ਵੀ ਉਹਨਾਂ ਦੇ ਵਿੱਚ ਬਹੁਤ ਜ਼ਿਆਦਾ ਆ। ਲੇਕਿਨ ਉਹ ਪਿੱਛੇ ਕਿੱਥੋਂ ਰਹਿ ਗਏ ਜਾਂ ਬਾਹਰ ਜਾਣ ਦਾ ਜਿਹੜਾ ਉਹਨਾਂ ਨੂੰ ਪੰਜਾਬ ਛੱਡ ਕੇ ਸਬੱਬ ਕਿੱਦਾਂ ਬਣਿਆ, ਸਭ ਤੋਂ ਵੱਡਾ ਵਿਸ਼ਾ ਜਿਹੜਾ ਸੀ ਇਹ ਸੀ ਕਿ ਜਲੰਧਰ ਏਰੀਆ ਬਾਹਰ ਕਿਉਂ ਜਾਣਾ ਸ਼ੁਰੂ ਹੋਇਆ, ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਪੂਰਾ ਇੰਡੀਆ ਹੀ ਦੂਸਰੀਆਂ ਕੰਟਰੀਆਂ ਨੂੰ ਭੱਜਿਆ ਹੋਇਆ। ਨੰਬਰ ਇੱਕ ਤਾਂ ਆਪਾਂ ਮੰਨਦੇ ਕਿ ਸਰਕਾਰਾਂ ਵੀ ਨਕੰਮੀਆਂ ਸੀ, ਔਰ ਨੰਬਰ ਦੋ ਜਿਹੜੇ ਸਾਡਾ ਆਪ ਦੀ ਸੋਚਣੀ ਆ ਉਹ ਵੀ ਸਾਡੀ ਸਹੀ ਨਹੀਂ ਸੀ, ਤਾਂ ਕਰਕੇ ਅਸੀਂ ਇਸ ਪਾਸੇ ਨੂੰ ਲੰਬੇ ਸਮੇਂ ਨੂੰ ਨਹੀਂ ਸੋਚਿਆ, ਸ਼ੋਰਟ ਸਮਾਂ ਸੋਚਿਆ
ਕਿਉਂਕਿ ਜਦੋਂ ਤੱਕ ਮੈਂ ਦੇਖਿਆ ਕਿ ਖਾਸ ਕਰਕੇ ਜਲੰਧਰ ਏਰੀਆ ਜ਼ਿਆਦਾ ਬਾਹਰ ਹੋਣ ਦੇ ਕਾਰਨ ਪਹਿਲੀਆਂ ਦੇ ਵਿੱਚ ਜੇ ਕਹੀਏ ਵੀ 47 ਤੋਂ ਵੀ ਲਾ ਲਓ ਜਾਂ ਉਸ ਤੋਂ ਪਹਿਲਾਂ ਵੀ ਚੱਲ ਜਾਓ, ਕਦੀ ਵੀ ਸਾਡੇ ਲੋਕਾਂ ਨੇ ਇਹ ਨਹੀਂ ਸੋਚਿਆ ਕਿ ਅਸੀਂ ਦੂਸਰੇ ਨੂੰ ਫਾਲੋ ਕਰਨਾ। ਜੇ ਕੋਈ ਬੰਦਾ ਨਹੀਂ ਘੱਟ ਪੜਿਆ ਤੇ ਉਹ ਬਾਹਰ ਚਲੇ ਗਿਆ, ਉਹ ਕਾਮਯਾਬ ਹੋ ਗਿਆ, ਅਸੀਂ ਦੇਖਿਆ ਨਹੀਂ ਕਿ ਉਹਨੇ ਸਟਰਗਲ ਕੀ ਕੀਤੀ ਹੋਊ ਜਾਂ ਉਹਨੂੰ ਕਿੰਨੀਆਂ ਤੰਗੀਆਂ ਆਈਆਂ, ਉਹ ਕਿੰਨੀਆਂ ਤਕਲੀਫਾਂ ਵਿੱਚ ਦੀ ਲੰਘ ਕੇ ਫਿਰ ਉਸ ਮੁਕਾਮ ਤੇ ਪਹੁੰਚਿਆ ਕਿ ਉਹਨੇ ਜੋ ਪੈਸੇ ਕਮਾਏ। ਲੇਕਿਨ ਅਸੀਂ ਇਹ ਦੇਖ ਲਿਆ ਕਿ ਇਹ ਬੰਦੇ ਨੇ ਜਲਦੀ ਸ਼ੋਰਟ ਟਰਮ ਦੇ ਵਿੱਚ ਕਰ ਲਿਆ ਤੇ ਅਸੀਂ ਆਪਣੇ ਬੱਚੇ ਨੂੰ ਵੀ ਉਸ ਪਾਸੇ ਹੀ ਤੋਰਨ ਦੀ ਕੋਸ਼ਿਸ਼ ਕੀਤੀ। ਤੋਰਨ ਦਾ ਮਤਲਬ ਇਹ ਹੈ ਕਿ ਅਸੀਂ ਦੂਸਰੇ ਵੱਲ ਦੇਖ ਕੇ ਹਮੇਸ਼ਾ ਹੀ, ਪੰਜਾਬੀ ਇਸ ਗੱਲ ਨੂੰ ਬਹੁਤ ਹੀ ਕਾਲੇ ਨੇ ਔਰ ਬਹੁਤ ਹੀ ਤੱਤੇ ਰਹਿੰਦੇ ਨੇ ਕਿ ਆਪ ਕੁਛ ਨਹੀਂ ਕਰਨਾ, ਜੋ ਦੂਸਰੇ ਨੇ ਕੀਤਾ ਉਹਦੇ ਵੱਲ ਦੇਖ ਕੇ ਅਸੀਂ ਉਸ ਚੀਜ਼ ਨੂੰ ਹੀ ਕਾਮਯਾਬੀ ਲੈਣੀ, ਦੇਖਣਾ ਨਹੀਂ ਕਿ ਮੁਸ਼ਕਲ ਆਉਂਦੀ ਆ ਜਾਂ ਕੀ ਹੁੰਦਾ। ਇਸੇ ਕਰਕੇ ਜਿਹੜਾ ਜਲੰਧਰ ਏਰੀਆ ਸੀ ਉਹਦਾ ਜਿੱਥੇ ਤੱਕ ਰੀਜਨ ਮੈਂ ਹੈਗਾ, ਉੱਥੇ ਕੋਈ ਤਾਂ ਇੰਡਸਟਰੀ ਨਹੀਂ ਸੀਗੀ, ਔਰ ਦੂਸਰੀ ਕੋਈ ਇੱਕ ਖੇਤੀਬਾੜੀ ਤੋਂ ਬਿਨਾਂ ਹੋਰ ਕੋਈ ਧੰਦਾ ਨਹੀਂ ਹੈਗਾ ਉੱਥੇ, ਕੋਈ ਫੈਕਟਰੀਆਂ ਬਹੁਤ ਘੱਟ ਆ, ਹੁਣ ਤਾਂ ਚਲੋ ਹੋਣਗੀਆਂ ਥੋੜ੍ਹੀਆਂ ਬਾੜੀਆਂ, ਲੇਕਿਨ ਪਹਿਲਾਂ ਤਾਂ ਫੈਕਟਰੀ ਬਿਲਕੁਲ ਹੈ ਕੋਈ ਨਹੀਂ ਸੀ, ਕੋਈ ਹੋਰ ਕਾਰੋਬਾਰ ਨਹੀਂ ਸੀਗਾ ਖੇਤੀ ਤੋਂ ਬਜਾਏ, ਜਾਂ ਰੈਸਟੋਰੈਂਟ ਜਿਹਨੂੰ ਆਪਾਂ ਖਾਣ ਪੀਣ ਦਾ ਲਾ ਲਓ, ਉਹ ਤੋਂ ਬਿਨਾਂ ਕੋਈ ਕਾਰੋਬਾਰ ਨਾ ਹੋਣ ਕਰਕੇ ਜਿਹੜੇ ਜਲੰਧਰ ਏਰੀਏ ਦੇ ਵਿੱਚ ਜ਼ਮੀਨਾਂ ਜਿਹੜੀਆਂ ਸੀ, ਜਿਹਨੂੰ ਆਪਾਂ ਲੈਂਡ ਕਹਿ ਦਿੰਦੇ ਹਾਂ ਜਾਂ ਖੇਤੀਬਾੜੀ ਲਾ ਲਓ, ਉਹ ਬਹੁਤ ਘੱਟ ਸੀ। ਘੱਟ ਹੋਣ ਕਰਕੇ ਹੀ ਉੱਥੇ ਜਿਹੜੀ ਪਾਪੂਲੇਸ਼ਨ ਆ ਉਹ ਜ਼ਿਆਦਾ ਸੀ, ਔਰ ਉਹ ਪਾਪੂਲੇਸ਼ਨ ਦੇ ਨਾਲ ਕਰਕੇ ਉਹਨਾਂ ਨੂੰ ਜਲਦੀ ਜਦੋਂ ਕਹਿੰਦੇ ਲੋੜ ਆ ਤੇ ਫਿਰ ਉਹਦਾ ਰਾਹ ਵੀ ਨਿਕਲ ਕੱਢਿਆ ਜਾਂਦਾ ਕਿ ਜ਼ਰੂਰਤਮੰਦ ਹੀ ਉਸ ਚੀਜ਼ ਦਾ ਰਾਹ ਲੱਭਦਾ ਜਦੋਂ ਜ਼ਰੂਰਤ ਹੁੰਦੀ ਹੈ। ਕਿਉਂਕਿ ਜਦੋਂ ਲੋਕਾਂ ਨੇ ਦੇਖਿਆ ਕਿ ਥੋੜ੍ਹੇ ਜਿਹੜੇ ਇੰਗਲੈਂਡ ਵਾਲੇ ਕੁਛ ਲੋਕਾਂ ਨੂੰ ਆਰਮੀ ਵਿੱਚ ਭਰਤੀ ਕਰਕੇ ਲੈ ਕੇ ਆਏ ਜਾਂ ਉਹਨਾਂ ਨੂੰ ਕੰਮ ਕਰ ਰਹੇ ਆਪਣੇ ਕੰਪਨੀਆਂ ਨਾਲ ਜੋੜਿਆ, ਉਹਨਾਂ ਵੱਲ ਜ਼ਿਆਦਾ ਦੇਖ ਕੇ ਲੋਕਾਂ ਨੂੰ ਇਹ ਆਸਾਨ ਲੱਗਾ ਕਿ ਇਹ ਆਸਾਨ ਆ, ਬਾਹਰਲੇ ਮੁਲਕ ਜਾ ਕੇ ਵੱਸ ਜਾਓ ਅਤੇ ਪੈਸੇ ਜਲਦੀ ਕਮਾਏ ਜਾਂਦੇ ਨੇ। ਜਲਦੀ ਨਹੀਂ ਕਮਾਏ ਜਾਂਦੇ, ਸਮਾਂ ਉਨਾ ਹੀ ਲੱਗਦਾ। ਸਿਰਫ ਅਤੇ ਸਿਰਫ ਇਹ ਹੋਇਆ ਕਿ ਜਦੋਂ ਤੋਂ ਜੇ 1947 ਤੋਂ ਵੀ ਦੇਖ ਲਏ, ਜਦੋਂ ਤੋਂ ਆਜ਼ਾਦ ਹੋਏ ਹਾਂ, ਜਿਹੜੇ ਸਾਡੇ ਆਗੂ ਸਨ ਉਹਨਾਂ ਨੇ ਇਹ ਗੋਰਿਆਂ ਵਾਲੀ ਨੀਤੀ ਜਿਹੜੀ ਸੀ, ਗੋਰਿਆਂ ਨੇ ਤਾਂ ਥੋੜ੍ਹੀ ਅਪਣਾਈ ਸੀ, ਲੇਕਿਨ ਸਾਡੇ ਆਗੂਆਂ ਨੇ ਉਹਨੂੰ ਇੰਨੀ ਸਪੀਡ ਦੇ ਨਾਲ ਵਧਾਇਆ ਕਿ ਅਸੀਂ ਨੰਬਰ ਇੱਕ ਤਾਂ ਕਿਸੇ ਨੂੰ ਪੜ੍ਹਨ ਨਹੀਂ ਦੇਣਾ, ਜਿਹੜਾ ਕੋਈ ਐਜੂਕੇਟ ਹੁੰਦਾ ਉਹਨੂੰ ਪਿੱਛੇ ਨੂੰ ਖਿੱਚ ਲਓ, ਤਾਂ ਕਿ ਨਾ ਕੋਈ ਐਜੂਕੇਟ ਹੋਵੇ ਔਰ ਨਾ ਹੀ ਕੋਈ ਉਹਨਾਂ ਨੂੰ ਪੁੱਛੇ। ਇਸ ਨੀਤੀ ਨੂੰ ਲੈ ਕੇ ਉਹਨਾਂ ਨੇ ਫਾਇਦਾ ਉਠਾਇਆ। ਦੂਸਰਾ ਮੈਂ ਇਹ ਗੱਲ ਕਹੂੰਗਾ ਕਿ ਇਹ ਇਕੱਲਾ ਸਰਕਾਰਾਂ ਦਾ ਨਹੀਂ, ਸਾਡਾ ਵੀ ਦੋਸ਼ ਹੈ, ਕਿਉਂਕਿ ਅਸੀਂ ਆਪਣੇ ਬੱਚਿਆਂ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਇਸ ਗੱਲ 'ਤੇ ਕਦੀ ਵੀ ਜ਼ੋਰ ਨਹੀਂ ਦਿੱਤਾ ਕਿ ਪੜ੍ਹੋ ਜਾਂ ਪੜ੍ਹਾਈ ਵਾਲੇ ਪਾਸੇ ਜਾਓ। ਅਸੀਂ ਇਹੀ ਜ਼ੋਰ ਦਿੰਦੇ ਹਾਂ ਕਿ ਦੂਸਰਾ ਕਾਮਯਾਬ ਹੋ ਗਿਆ, ਉਹ ਇੰਗਲੈਂਡ ਗਿਆ ਸੀ ਜਾਂ ਉਹ ਸਿੰਗਾਪੁਰ ਗਿਆ ਸੀ ਜਾਂ ਉਹ ਦੁਬਈ ਗਿਆ ਸੀ, ਅਸੀਂ ਉਹ ਦੇਖਦੇ ਹਾਂ ਕਿ ਉਹ ਨਹੀਂ ਪੜ੍ਹਿਆ, 10 ਪੜ੍ਹਿਆ ਸੀ ਕੋਈ ਨਹੀਂ, 10 ਤੋਂ ਵੀ ਘੱਟ ਸੀ, ਉਹ ਉੱਥੇ ਜਾ ਕੇ ਕਾਮਯਾਬ ਹੋ ਗਿਆ, ਤੂੰ ਵੀ ਉੱਥੇ ਚਲੇ ਜਾ। ਸਾਡਾ ਇਸੇ ਗੱਲ 'ਤੇ ਜ਼ੋਰ ਆ, ਜਿਹੜਾ ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਅਸੀਂ ਇਸ ਪਾਸੇ ਨੂੰ ਨਾ ਜ਼ੋਰ ਲਾਇਆ ਕਿ ਸਾਨੂੰ ਪੜ੍ਹਾਈ ਜਿਹੜੀ ਆ ਉਹ ਕਿੰਨੀ ਜ਼ਰੂਰੀ ਆ, ਪੜ੍ਹਾਈ ਮਤਲਬ ਐਜੂਕੇਸ਼ਨ, ਐਜੂਕੇਸ਼ਨ ਜਿਹੜੀ ਆ, ਮੈਂ ਅੱਗੇ ਵੀ ਗੱਲ ਕੀਤੀ ਕਿ ਉਹ ਬੰਦੇ ਦੀ ਤੀਸਰੀ ਅੱਖ ਆ, ਜਦੋਂ ਦੋ ਅੱਖਾਂ ਹੈਗੀਆਂ ਜਿਹੜੀਆਂ ਪਰਮਾਤਮਾ ਨੇ ਦਿੱਤੀਆਂ ਕੁਦਰਤ ਵੱਲੋਂ ਹਨ, ਜੇ ਤੀਸਰੀ ਅੱਖ ਤੁਹਾਡੀ ਪੜ੍ਹਾਈ ਵਾਲੀ ਖੁੱਲ੍ਹ ਜਾਵੇ ਤਾਂ ਤੁਸੀਂ ਪੜ੍ਹ ਕੇ ਹਰ ਇੱਕ ਬੰਦਾ ਦੂਸਰੇ ਬੰਦੇ ਨਾਲੋਂ ਅੱਗੇ ਲੰਘ ਜਾਂਦਾ, ਨਹੀਂ ਵੀ ਅੱਗੇ ਲੰਘਦਾ ਤਾਂ ਬਰਾਬਰ ਤਾਂ ਹੋ ਹੀ ਜਾਂਦਾ, ਕਿਉਂਕਿ ਜਦੋਂ ਐਜੂਕੇਸ਼ਨ ਆ ਤੁਹਾਡੇ ਕੋਲ, ਐਜੂਕੇਸ਼ਨ ਨੇ ਹੀ ਤੁਹਾਡੇ ਸਾਰੇ ਰਸਤੇ ਖੋਲ੍ਹਣੇ ਨੇ। ਔਰ ਅਸੀਂ ਫਿਰ ਵਾਪਸ ਉਸ ਗੱਲ 'ਤੇ ਆਉਂਦੇ ਹਾਂ ਕਿ ਸਾਡਾ ਉੱਥੇ ਦੋਸ਼ ਕੀ ਸੀ, ਜਲੰਧਰ ਏਰੀਆ ਬਾਹਰ ਜਾਣ ਨੂੰ ਕਿਉਂ ਜ਼ਿਆਦਾ ਉੱਠਿਆ, ਕਿਉਂਕਿ ਅੱਗੇ ਵੀ ਕਿਹਾ ਉੱਥੇ ਜ਼ਮੀਨਾਂ ਘੱਟ, ਹੋਰ ਕੋਈ ਸਾਧਨ ਨਹੀਂ ਸੀ ਕਮਾਈ ਦਾ, ਔਰ ਜਿੰਨੀ ਕਮਾਈ ਸੀਗੀ ਉਹ ਦਿਨ ਬ ਦਿਨ ਘੱਟਦੀ ਜਾ ਰਹੀ ਸੀ, ਕਿਉਂਕਿ ਜ਼ਮੀਨ ਓਨੀ ਰਹਿੰਦੀ ਆ, ਘਰ ਦੇ ਵਿੱਚ ਜਿਹੜੇ ਪਰਿਵਾਰ ਆ ਜਾਂ ਦੋ ਭਰਾ ਹੋ ਜਾਣ ਜਾਂ ਦੋ ਭੈਣਾਂ ਹੋਣ, ਉਸੇ ਜ਼ਮੀਨ ਤੋਂ ਹੀ ਰੋਟੀ ਖਾਣਾ ਚਾਹੁੰਦੇ ਆ। ਉਹੀ ਇੱਕ ਵੱਡਾ ਰੀਜਨ ਸੀ ਕਿ ਜਿਹੜੀ ਆਬਾਦੀ ਆ ਉਹ ਦਿਨੋ ਦਿਨ ਵੱਧਦੀ ਗਈ, ਔਰ ਜਿਹੜੀ ਜਿਹੜਾ ਖੇਤਰਫਲ ਜਿਹਨੂੰ ਆਪਾਂ ਏਰੀਆ ਲਾ ਲਓ ਉਹ ਓਨੇ ਦਾ ਓਨਾ ਹੀ ਰਿਹਾ। ਉਹਨੂੰ ਵਧਾਉਣ ਬਾਰੇ ਜਾਂ ਉਹਨੂੰ ਮੋਡੀਫਾਈ ਕਰਨ ਬਾਰੇ ਕਿਸੇ ਨੇ ਨਹੀਂ ਸੋਚਿਆ ਕਿ ਇਸੇ ਤਰ੍ਹਾਂ ਹੀ ਜੇ ਪਾਪੂਲੇਸ਼ਨ ਵਧੂਗੀ ਤਾਂ ਅਸੀਂ ਇਸ ਚੀਜ਼ ਨੂੰ ਮੋਡੀਫਾਈ ਕਿਸ ਤਰ੍ਹਾਂ ਕਰਨਾ। ਉੱਥੇ ਮੋਡੀਫਾਈ ਕਰਨ ਦੀ ਬਜਾਏ ਸਾਡੇ ਕੋਲ ਇੱਕੋ ਹੀ ਚਾਰਾ ਰਾਸਤਾ ਜਿਹੜਾ ਅਸੀਂ ਹਮੇਸ਼ਾ ਚੁਣਦੇ ਹਾਂ, ਆਸਾਨ ਰਾਸਤਾ ਹੀ ਚੁਣਦੇ ਕਿ ਆਸਾਨ ਕੀ ਆ, ਆਸਾਨ ਇਹ ਸੀ ਕਿ ਆਪਾਂ ਇੱਥੇ ਕੰਮ ਨਹੀਂ ਕਰਨਾ, ਬਾਹਰ ਜਾ ਕੇ ਕੰਮ ਕਰਾਂਗੇ ਤਾਂ ਸਾਨੂੰ ਉਹ ਆਸਾਨ ਲੱਗਾ। ਇਸ ਕਰਕੇ ਅਸੀਂ ਆਸਾਨੀ ਵਾਲਾ ਰਸਤਾ ਚੁਣਿਆ ਕਿ ਸਭ ਤੋਂ ਜ਼ਿਆਦਾ ਆਸਾਨ ਇਹ ਆ ਕਿ ਕਿਸੇ ਵੀ ਮੁਲਕ ਵਿੱਚ, ਇੰਗਲੈਂਡ ਜਾਂ ਦੁਬਈ, ਜਦੋਂ ਪੁਰਾਣਾ ਟਾਈਮ ਸੀ ਲੋਕ ਸਿੰਗਾਪੁਰ ਵਗੈਰਾ,
ਜਾ ਕੇ ਅਸੀਂ ਇਹ ਚੁਣ ਲਿਆ ਕਿ ਆਸਾਨੀ ਦੇ ਨਾਲ ਉੱਥੇ ਗਏ ਜਾਂ ਸਰਕਾਰ ਲੈ ਗਈ, ਸਾਨੂੰ ਇੱਕ ਰਾਸਤਾ ਲੱਭ ਗਿਆ ਕਿ ਉੱਥੇ ਜਾਓ, ਜਾ ਕੇ ਸੈਟਲ ਹੋ ਜਾਓ। ਉੱਥੇ ਜਾ ਕੇ ਕਈ ਤਾਂ ਕਈ ਬੰਦੇ ਦਾ ਕਿੰਨੇ ਕਿੰਨੇ ਸਾਲ ਉਹ ਵਾਪਸ ਹੀ ਨਹੀਂ ਗਏ, ਉੱਥੇ ਹੀ ਰਹਿ ਗਏ। ਜੇ ਉਹ ਸਿੰਗਾਪੁਰ ਗਏ ਸੀ ਤਾਂ ਸਿੰਗਾਪੁਰ ਰਹਿ ਗਏ, ਜੇ ਇੰਗਲੈਂਡ ਗਏ ਸੀ ਜਿਹੜੀ ਸਰਕਾਰ ਲੈ ਕੇ ਗਈ ਉਹਨਾਂ ਨੂੰ ਜ਼ਬਰਦਸਤੀ ਲੈ ਕੇ ਗਈ, ਉਹ ਅਸੀਂ ਇੱਕ ਰਾਸਤਾ ਲੱਭ ਲਿਆ ਕਿ ਉੱਥੇ ਜਾਓ, ਉੱਥੇ ਪੈਸੇ ਵੱਧ ਮਿਲਦੇ ਨੇ, ਕੋਈ ਖੇਤੀ ਕਰਨ ਦੀ ਲੋੜ ਨਹੀਂ। ਜੋ ਵੀ ਸਾਨੂੰ ਲੱਗਾ ਉਹ ਇਸੇ ਕਰਕੇ ਜਲੰਧਰ ਏਰੀਆ ਜਿਹੜਾ ਸੀ ਉਹ ਜ਼ਿਆਦਾ ਬਾਹਰ ਆ ਗਿਆ, ਬਾਹਰਲੇ ਮੁਲਕਾਂ ਵਿੱਚ ਆ ਕੇ ਵੱਸ ਗਿਆ। ਹੁਣ ਤਾਂ ਜੇ ਕਹੀਏ ਹੁਣ ਦੇ ਜ਼ਮਾਨੇ ਵਿੱਚ ਇੰਗਲੈਂਡ, ਕੈਨੇਡਾ, ਕੋਈ ਐਸਾ ਮੁਲਕ ਨਹੀਂ ਕਿ ਜਿੱਥੇ ਪੰਜਾਬੀ ਨਹੀਂ ਬੈਠੇ। ਇੱਥੇ ਤੱਕ ਵੀ ਕਿ ਮੈਕਸੀਕੋ ਵੀ ਅਸੀਂ ਦੇਖਿਆ ਪੰਜਾਬੀ ਰੈਸਟੋਰੈਂਟ ਖੋਲ੍ਹ ਕੇ ਬੈਠੇ ਸੀ। ਮੁੜ ਕੇ ਗੱਲ ਫਿਰ ਉੱਥੇ ਆ ਜਾਂਦੀ ਕਿ ਅਸੀਂ ਬਾਹਰ ਆਏ ਕਿਉਂ, ਸਾਨੂੰ ਕਿਉਂ ਲੋੜ ਪਈ। ਲੋੜ ਸਾਨੂੰ ਤਾਂ ਪਈ ਕਿ ਘਟਦਾ ਹੋਇਆ ਖੇਤਰਫਲ, ਕਿ ਜਿਹੜਾ ਜ਼ਮੀਨ ਸੀ ਉਹਨੂੰ ਵਧਾਉਣ ਵਿੱਚ ਕੋਈ ਹੋਰ ਰਾਸਤਾ ਨਹੀਂ ਸੀ ਕਿ ਕਿਸ ਤਰ੍ਹਾਂ ਉਹਨੂੰ ਸਟ੍ਰੈਚ ਕਰਕੇ, ਜਿਹੜਾ ਏਰੀਆ 1,000 ਏਕੜ ਦਾ ਸੀ ਉਹਨੂੰ 2,000 ਏਕੜ ਨਹੀਂ ਹੋ ਸਕਦਾ, ਲੇਕਿਨ ਉਹਦੇ ਵਿੱਚ ਇੱਕ ਹੋ ਸਕਦਾ ਸੀ ਜੋ ਨਹੀਂ ਸੋਚਿਆ ਜਾਂ ਸਰਕਾਰਾਂ ਨੇ ਨਹੀਂ ਕੀਤਾ ਕਿ ਉਸ ਜ਼ਮੀਨ ਦੇ ਉੱਤੇ ਹੋਰ ਤਰ੍ਹਾਂ ਦੇ ਜਿਹੜੇ ਸਿਸਟਮ ਆ ਉਹ ਚਲਾਏ ਜਾ ਸਕਦੇ ਸੀ, ਕਿ 1 ਏਕੜ ਦੇ ਵਿੱਚ ਫੈਕਟਰੀ ਲਾਈ ਜਾ ਸਕਦੀ ਸੀ ਜਾਂ ਬਹੁਤ ਸਾਰੇ ਜਿਹੜੇ ਹੋਰ ਕੰਮ ਕਾਰੋਬਾਰ ਨੇ ਉਹ ਖੋਲ੍ਹੇ ਜਾ ਸਕਦੇ ਸੀ ਜਿਹੜੇ ਨਹੀਂ ਕੀਤੇ ਗਏ। ਉਹ ਸਮਾਂ ਲਾ ਲਓ ਜਾਂ ਸੋਚ ਲਾ ਲਓ, ਅਸੀਂ ਜਿਹੜਾ ਡੂੰਘੀ ਸੋਚ ਨਹੀਂ ਸੋਚੀ, ਲੇਕਿਨ ਇਹ ਸੋਚਾਂ ਜਿਹੜੀਆਂ ਇਹ ਤਾਂ ਹੀ ਅੱਗੇ ਵੀ ਮੈਂ ਕਹਿ ਕੇ ਹਟਾਂ ਕਿ ਜੇ ਲੋੜ ਹੈ ਤਾਂ ਫਿਰ ਰਾਹ ਵੀ ਨਿਕਲ ਆਉਂਦਾ, ਜੇ ਤੁਸੀਂ ਰਾਸਤਾ ਕੱਢਣਾ ਚਾਹੋ ਤਾਂ ਫਿਰ ਲੋੜਵੰਦ ਬੰਦਾ ਹਮੇਸ਼ਾ ਹੀ ਰਾਸਤਾ ਕੱਢ ਲੈਂਦਾ ਉਹ ਚੋਂ। ਲੇਕਿਨ ਅੱਜ ਜਿਹੜਾ ਸਮਾਂ ਆ ਉਹ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਫਿਰ ਇਸ ਵਿਸ਼ੇ ਤੇ ਗੱਲ ਕਰਾਂਗੇ ਕਿ ਪੰਜਾਬੀ ਜਿਹੜੇ ਬਾਹਰ ਕਿਉਂ ਆਏ, ਬਾਹਰ ਆ ਕੇ ਕੀ ਖੱਟਿਆ। ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਸਤਿ ਸ੍ਰੀ ਅਕਾਲ ਜੀ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਨਿੱਘਾ ਸਵਾਗਤ ਹੈ ਸਾਰੇ ਜਸ ਟੀਵੀ ਦੇਖ ਰਹੇ ਦਰਸ਼ਕਾਂ ਦਾ। ਆਪਾਂ ਫਿਰ ਗੱਲ ਆਪਣੀ ਵਾਪਸ ਉੱਥੇ ਸ਼ੁਰੂ ਕਰਦੇ ਇੱਥੇ ਗੱਲ ਤੋਂ ਕਿ ਪੰਜਾਬ ਖਾਸ ਕਰਕੇ ਜਲੰਧਰ ਏਰੀਆ ਜਾਂ ਪੂਰਾ ਪੰਜਾਬ ਬਾਹਰ ਨੂੰ ਕਿਉਂ, ਬਾਹਰਲੇ ਮੁਲਕਾਂ ਨੂੰ ਕਿਉਂ ਤੁਰਿਆ, ਔਰ ਉੱਥੇ ਕਮੀਆਂ ਜੋ ਸੀ ਉਹ ਦੇਖੀਆਂ, ਲੇਕਿਨ ਉਹ ਕਮੀਆਂ ਅਸੀਂ ਜਿਹੜੀਆਂ ਸੀਗੀਆਂ ਦੂਰ ਤਾਂ ਨਹੀਂ ਕਰ ਸਕੇ, ਲੇਕਿਨ ਇੱਕ ਗੱਲ ਜ਼ਰੂਰ ਉੱਭਰ ਕੇ ਆਈ ਕਿ ਪੰਜਾਬੀ ਜਦੋਂ ਬਾਹਰ ਨੂੰ ਤੁਰੇ, ਬਾਹਰ ਜਾ ਕੇ ਜਿੱਥੇ ਸਰਕਾਰਾਂ ਚੰਗੀਆਂ ਸੀ, ਜਿੱਥੇ ਇਨਸਾਨ ਨੂੰ ਉਹਦੀ ਮਿਹਨਤ ਦਾ ਫਲ ਮਿਲਦਾ ਜਾਂ ਉਹਦਾ ਹੱਕ ਮਿਲਦਾ ਇਨਸਾਨੀਅਤ ਦਾ, ਜੋ ਇਨਸਾਨੀਅਤ ਦਾ ਹੱਕ ਹੈ, ਅਤੇ ਪੰਜਾਬੀਆਂ ਨੇ ਇੱਕ ਇਹ ਗੱਲ ਤਾਂ ਅਪਰੂਵ ਕਰ ਦਿੱਤੀ ਕਿ ਜਿਹੜੇ ਮੁਲਕ ਦੇ ਵਿੱਚ ਉਹ ਜਾ ਕੇ ਬੈਠੇ ਨੇ ਜਾਂ ਉਹ ਗਏ ਨੇ, ਉੱਥੇ ਉਹਨਾਂ ਨੂੰ ਕਾਮਯਾਬੀ ਵੀ ਮਿਲੀ ਔਰ ਕਾਮਯਾਬ ਵੀ ਨੇ। ਉਹ ਮੁਲਕ ਕੋਈ ਵੀ ਹੋਵੇ, ਤੁਸੀਂ ਚਾਈਨਾ ਚਲੇ ਜਾਓ ਉੱਥੇ ਵੀ ਬੈਠੇ ਨੇ, ਜੇ ਅਫਰੀਕਾ ਜਾਂਦੇ ਉੱਥੇ ਵੀ ਬੈਠੇ ਨੇ, ਜਿਹੜੇ ਮਰਜ਼ੀ ਮੁਲਕ ਦੇ ਵਿੱਚ ਜਾ ਕੇ ਦੇਖ ਲਓ, ਜਿੱਥੇ ਪੰਜਾਬੀ ਜਾ ਕੇ ਬੈਠੇ ਨੇ ਉੱਥੇ ਖਾਸ ਕਰ ਜੇ ਪੰਜਾਬੀ ਗਏ ਹੋਏ ਨੇ, ਗੁਰਦੁਆਰਾ ਜ਼ਰੂਰ ਮਿਲੂਗਾ ਔਰ ਉਹ ਗੁਰਦੁਆਰਿਆਂ ਦੇ ਵਿੱਚ ਜਿਹੜੇ ਲੰਗਰ ਰਹੇ ਨੇ ਉਹ ਵੀ ਜ਼ਰੂਰ ਲੱਗਣਗੇ। ਤਾਂ ਇਹੀ ਪਰੰਪਰਾ ਜਿਹੜੀ ਪੰਜਾਬ ਦੇ ਵਿੱਚ ਸੀ, ਉਹਨਾਂ ਨੇ ਆਪਣੀ ਪਰੰਪਰਾ ਨਹੀਂ ਛੱਡੀ, ਲੇਕਿਨ ਉਹਨਾਂ ਦਾ ਸਿਰਫ ਇੱਕ ਜਿਹੜਾ ਗਲਤੀ ਨਹੀਂ ਕਹਿ ਸਕਦੇ ਕਿ ਉਹਨਾਂ ਦਾ ਉਹਨਾਂ ਦੀ ਮਾੜੀ ਜਿਹੜੀ ਮਾੜਾ ਨਸੀਬ ਲਾ ਲਓ, ਜਾਂ ਜਿਹੜੀਆਂ ਸਾਡੇ ਹੁਕਮਰਾਨ ਜਿਹੜੀਆਂ ਸਰਕਾਰਾਂ ਨੇ ਜਿਹੜੀਆਂ ਹੁਣ ਵੀ ਜੋ ਸਰਕਾਰਾਂ ਕਰ ਰਹੀਆਂ, ਖੈਰ ਉਹ ਠੀਕ ਨਹੀਂ, ਲੇਕਿਨ ਆਪਾਂ ਇਸ ਵਿਸ਼ੇ ਤੇ ਅੱਜ ਨਹੀਂ ਜਾਣਾ ਕਿ ਸਰਕਾਰਾਂ ਨਹੀਂ, ਸਾਨੂੰ ਵੀ ਕੁਛ ਚਾਹੀਦਾ ਕਿ ਅਸੀਂ ਵੀ ਕੁਛ ਉਸ ਜਗ੍ਹਾ ਲਈ ਕਰੀਏ ਜਿੱਥੇ ਦੇ ਅਸੀਂ ਜੰਮ ਪਾਲਾਂ। ਇੱਕ ਸਿਰਫ ਧਰਮ ਦੇ ਵਿਵਾਦ ਵਿੱਚ ਨਾ ਫਸੇ ਰਹੀਏ ਕਿ ਇਹ ਹਿੰਦੂ ਆ ਤੇ ਸਿੱਖ ਆ ਤੇ ਮੁਸਲਮਾਨ ਆ, ਇਹਨਾਂ ਚੋਂ ਨਿਕਲ ਕੇ ਸਾਨੂੰ ਵੀ ਕੁਛ ਕਰਨਾ ਚਾਹੀਦਾ ਕਿ ਜੇ ਸਾਨੂੰ ਹੁਣ ਇੰਨੀ ਸੋਝੀ ਤਾਂ ਆ ਗਈ ਕਿ ਜੇ ਇਸ ਵੇਲੇ ਕੈਨੇਡਾ ਦੇਖੋ ਉੱਥੇ ਵੀ ਸਾਡੇ MP ਆ, US ਆ ਜਾਓ ਉੱਥੇ ਵੀ ਨੇ, ਇੰਗਲੈਂਡ 'ਚ ਵੀ ਨੇ, ਅਤੇ ਮੈਨੂੰ ਲੱਗਦਾ ਕਿ ਇੱਕ ਸੱਦਾ ਚਾਹੀਦਾ ਕਿ ਖੁੱਲ੍ਹਾ ਸੱਦਾ ਕਿ ਚਲੋ ਚਲੀਏ ਵਾਪਸ। ਆਪਾਂ ਜਿਹੜੇ ਬੰਦੇ ਰਿਟਾਇਰ ਨੇ ਜਾਂ ਜਿਹਨਾਂ ਦੇ ਕੋਲ ਵਕਤ ਹੈ, ਮੈਂ ਕਹੂੰਗਾ ਕਿ ਜ਼ਰੂਰ ਜਾ ਕੇ ਪੰਜਾਬ ਦੇ ਵਿੱਚ, ਆਪਾਂ ਲੜਨਾ ਨਹੀਂ ਹੈ, ਲੜਨ ਵਾਲਾ ਯੁੱਗ ਜਿਹੜਾ ਸੀ ਉਹ ਬਹੁਤ ਪੁਰਾਣਾ ਹੋ ਗਿਆ। ਉੱਥੇ ਜਾ ਕੇ ਇਹ ਨਹੀਂ ਹੈ ਵੀ ਆਪਾਂ ਵੋਟਾਂ ਦੇ ਵਿੱਚ ਖੜ੍ਹੇ ਹੋਣਾ, ਉਹ ਉੱਥੇ ਬਹੁਤ ਨੇ ਵੋਟਾਂ ਦੇ ਵਿੱਚ ਖੜ੍ਹੇ ਹੋਣ ਵਾਲੇ। ਸਿਰਫ ਮੈਂ ਚਾਹੂੰਗਾ ਕਿ ਜੋ ਬੰਦੇ ਫਰੀ ਨੇ ਜਾਂ ਜੋ ਜਾ ਸਕਦੇ ਆ, ਜਿਹਨਾਂ ਦੇ ਕੋਲ ਟਾਈਮ ਹੈ ਜਾਂ ਇਸ ਵੇਲੇ ਪੈਸਾ ਵੀ ਹੈ, ਕਿਉਂਕਿ ਪੰਜਾਬੀਆਂ ਕੋਲ ਇਸ ਵੇਲੇ ਪੈਸੇ ਦੀ ਕੋਈ ਕਮੀ ਨਹੀਂ, ਉਹ ਚਾਹੇ ਇੰਗਲੈਂਡ ਹੋਵੇ ਜਾਂ ਅਮੈਰੀਕਾ ਹੋਵੇ, ਕਿਤੇ ਵੀ ਹੋਵੇ ਉਹ ਬੈਠੇ ਨੇ। ਬਹੁਤ ਸਾਡੇ ਬੰਦਿਆਂ ਨੇ, ਪੰਜਾਬੀਆਂ ਨੇ ਪੈਸਾ ਕਮਾਇਆ ਔਰ ਜਿਹੜੀ ਸਾਨੂੰ ਸੋਝੀ ਵੀ ਆ ਚੁੱਕੀ। ਮੈਂ ਚਾਹੂੰਗਾ ਕਿ ਇਸ ਸੋਚ ਨੂੰ ਲੈ ਕੇ ਵਾਪਸ ਜਾ ਕੇ ਉੱਥੇ ਸਾਨੂੰ ਜ਼ਰੂਰਤ ਹੈ ਸੁਚੇਤ ਕਰਨ ਦੀ, ਜੋ ਅੱਜ ਤੋਂ ਅਸੀਂ 150-200 ਸਾਲ ਪਹਿਲਾਂ ਗਲਤੀ ਕੀਤੀ ਸੀ, ਉਹ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨੂੰ ਅਸੀਂ ਜ਼ਰੂਰ ਸੁਚੇਤ ਕਰੀਏ ਕਿ ਇਹ ਸਾਰੀਆਂ ਗੱਲਾਂ ਜੋ ਅਮੈਰੀਕਾ ਦੇ ਵਿੱਚ ਨੇ ਉਹ ਪੰਜਾਬ ਬੈਠਿਆਂ ਵੀ ਹੋ ਸਕਦੀਆਂ, ਜਾਂ ਉਹ ਹਰਿਆਣਾ ਹੋਵੇ ਜਾਂ ਇੰਡੀਆ ਦਾ ਕੋਈ ਵੀ ਪਾਰਟ ਹੋਵੇ, ਉੱਥੇ ਬੈਠ ਕੇ ਵੀ ਹੋ ਸਕਦੀਆਂ। ਸਾਡਾ ਮੈਨੂੰ ਲੱਗਦਾ ਕਿ ਜਿਸ ਤਰ੍ਹਾਂ ਮੈਂ ਪੰਜਾਬੀ ਹਾਂ, ਬਾਕੀ ਪੰਜਾਬੀਆਂ ਦਾ ਵੀ ਫਰਜ਼ ਹੈ ਕਿ ਉਹ ਵਾਪਸ ਜਾਣ, ਟਾਈਮ ਕੱਢ ਕੇ ਜਿਹੜੀ ਨੌਲੇਜ ਉਹਨਾਂ ਦੇ ਕੋਲ ਉਹਨਾਂ ਨੂੰ ਹੁਣ ਮਿਲੀ ਆ, ਜਿਹੜੀ ਬਹੁਤ ਦੇਰ ਪਹਿਲਾਂ
ਡੇਢ 200 ਸਾਲ ਪਹਿਲਾਂ ਮਿਲਣੀ ਚਾਹੀਦੀ ਸੀ, ਜੋ ਸਾਡੇ ਕੋਲ ਸੀ, ਸਾਡੇ ਬਿਲਕੁਲ ਕੋਲ ਪਈ ਸੀ, ਅਸੀਂ ਨਹੀਂ ਉਹਦੇ ਬਾਰੇ ਸੋਚਿਆ। ਲੇਕਿਨ ਅੱਜ ਦੀ ਜਿਹੜੀ ਸੋਚ ਆ ਉਹ ਸਾਨੂੰ ਜ਼ਰੂਰ ਇਸ ਪਾਸੇ ਜਾਣਾ ਚਾਹੀਦਾ ਕਿ ਅਸੀਂ ਵਾਪਸ ਜਾ ਕੇ ਜ਼ਰੂਰ ਲੋਕਾਂ ਨੂੰ ਸੁਚੇਤ ਕਰੀਏ ਕਿ ਬਾਹਰ ਜਾ ਕੇ ਕੋਈ ਇੱਡੀ ਆਸਾਨ ਨਹੀਂ ਕਿ ਤੁਸੀਂ ਜਾਣਾ ਜਾ ਕੇ ਸੈਟਲ ਹੋ ਜਾਣਾ। ਜਿਹੜਾ ਇੱਕ ਬੰਦਾ ਇੰਡੀਆ ਤੋਂ ਛੱਡ ਕੇ ਜਾਂ ਕਿਸੇ ਵੀ ਮੁਲਕ ਤੋਂ ਇੱਥੇ ਕਿਸੇ ਹੋਰ ਦੂਸਰੇ ਮੁਲਕ ਵਿੱਚ ਆਉਂਦਾ, ਉਹ ਇੱਕ ਬੰਦੇ ਦੀ ਇੱਕ ਜਿਹੜੀ ਲਾਈਫ ਆ ਉਹ ਉੱਥੇ ਪੂਰੀ ਨਿਕਲ ਜਾਂਦੀ ਸੈਟਲ ਹੋਣ 'ਚ, ਜਾਂ ਆਪਣਾ ਘਰ ਲੈਣ 'ਚ, ਜਾਂ ਸਿਰਫ ਜਿਹੜਾ ਉਹਦਾ ਪਿਛਲਾ ਕਰਜ਼ਾ ਹੁੰਦਾ ਜੋ ਪੈਸੇ ਲਾ ਕੇ ਆਉਂਦਾ, ਜਾਂ ਉਹ ਜਿਹੜੇ ਜੋ ਵੀ ਮੁਸੀਬਤ ਉਹ ਮੁਸੀਬਤ 'ਚੋਂ ਨਿਕਲਦੇ ਨਿਕਲਦੇ। ਜਿਹੜੀ ਇੱਕ ਇੱਕ ਥੋੜ੍ਹੀ ਪੀੜ੍ਹੀ ਆ, ਪੀੜ੍ਹੀ ਦਾ ਮਤਲਬ ਇੱਕ ਇੱਕ ਬੰਦੇ ਦੀ ਲਾਈਫ, ਉਹ ਪੂਰੀ ਉੱਥੇ ਨਿਕਲ ਜਾਂਦੀ ਅਤੇ ਉਹਦੇ ਜਿਹੜੇ ਬੱਚੇ ਆ ਉਹ ਗਾਂਹ ਫਿਰ ਜਿਹੜੀ ਦੂਜੀ ਪੀੜ੍ਹੀ ਆਉਂਦੀ ਆ ਉਹਨਾਂ ਨੂੰ ਥੋੜ੍ਹਾ ਜਿਹਾ ਸੁੱਖ ਹੁੰਦਾ, ਉਹ ਵੀ ਇੰਨਾ ਸੁੱਖ ਨਹੀਂ ਹੁੰਦਾ। ਲੇਕਿਨ ਇਹੀ ਕੰਮ ਜੇ ਅਸੀਂ ਇੰਡੀਆ ਦੇ ਵਿੱਚ ਕੀਤਾ ਹੋਵੇ, ਜਲੰਧਰ ਏਰੀਏ 'ਚ ਸਪੈਸ਼ਲੀ ਕੀਤਾ ਹੋਵੇ, ਤਾਂ ਤੁਹਾਨੂੰ ਮੈਨੂੰ ਲੱਗਦਾ ਨਹੀਂ ਕਿਸੇ ਗੱਲ ਦੀ ਕਮੀ ਹੋ ਸਕਦੀ ਆ, ਕਿਉਂਕਿ ਜਲੰਧਰ ਦੇ ਵਿੱਚ ਪਾਪੂਲੇਸ਼ਨ ਇੰਨੀ ਆ ਔਰ ਹਰ ਇੱਕ ਬੰਦਾ ਉੱਥੇ ਹੁਣ ਦੇ ਜ਼ਮਾਨੇ ਦੇ ਵਿੱਚ ਬਾਹਰ ਖਾਣਾ ਵੀ ਜਾਂਦਾ। ਪਰ ਉੱਥੇ ਜਿਹੜਾ ਕੰਮ ਆ ਉਹ ਛੋਟਾ ਮੋਟਾ ਅਸੀਂ ਬਹੁਤ ਗਿਣਦੇ ਹਾਂ ਕਿ ਜਿਹੜਾ ਆਹ ਕੰਮ ਆ ਇਹ ਬਹੁਤ ਛੋਟਾ, ਇਹ ਮੈਂ ਕਰਨਾ ਨਹੀਂ, ਔਰ ਆਹ ਕੰਮ ਜਿਹੜਾ ਇਹ ਮੈਂ ਕਰਨਾ ਆ। ਲੇਕਿਨ ਉਸ ਕੰਮ ਦੇ ਬਾਰੇ ਸਾਡੇ ਕੋਲ ਐਜੂਕੇਸ਼ਨ ਨਹੀਂ ਹੈਗੀ ਉੱਥੇ, ਖਾਸ ਕਰਕੇ ਜੋ ਜਲੰਧਰ ਪੰਜਾਬ ਦੇ ਵਿੱਚ ਦੇਖੋਗੇ ਏਰੀਏ ਦੇ ਵਿੱਚ, ਉੱਥੇ ਹਰ ਕੋਈ ਬੰਦਾ ਇਹੀ ਚਾਹੁੰਦਾ ਕਿ ਮੈਂ ਕੱਲ੍ਹ ਨੂੰ ਅਮੀਰ ਹੋ ਜਾਵਾਂ ਅਤੇ ਕੱਲ੍ਹ ਨੂੰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੋ। ਲੇਕਿਨ ਹਾਂ, ਪ੍ਰਧਾਨ ਮੰਤਰੀ ਬਣਨ ਲਈ ਐਜੂਕੇਸ਼ਨ ਹੈ ਉਹ ਨਹੀਂ ਸੋਚਣਾ ਅਸੀਂ, ਉੱਥੇ ਸਾਡੀ ਇਹ ਅੱਗ ਕਿ ਮੈਂ ਜਲਦੀ ਮੈਨੂੰ ਜਿੰਨਾ ਪੈਸਾ ਵੱਧ ਤੋਂ ਵੱਧ ਮੇਰੇ ਕੋਲ ਹੋਵੇ ਔਰ ਮੈਂ ਦੇਸ਼ ਦਾ ਪ੍ਰਧਾਨ ਮੰਤਰੀ। ਜੇ ਅਸੀਂ ਇਹੀ ਸੋਚ ਰੱਖਾਂਗੇ ਮੈਨੂੰ ਲੱਗਦਾ ਨਹੀਂ ਕਿ ਕਿਸੇ ਵੀ ਮੰਜ਼ਿਲ 'ਤੇ ਅਸੀਂ ਪਹੁੰਚਾਂਗੇ। ਜੇ ਸਾਨੂੰ ਲੋੜ ਹੈ ਤਾਂ ਕਿਸੇ ਚੀਜ਼ ਦੀ, ਉਹ ਹੈ ਐਜੂਕੇਸ਼ਨ ਦੀ। ਐਜੂਕੇਸ਼ਨ ਜਿਹੜੀ ਉਹ ਜ਼ਰੂਰੀ ਆ। ਮੈਨੂੰ ਲੱਗਦਾ ਕਿ ਜਿੰਨੇ ਪੰਜਾਬੀ ਬਾਹਰ ਬੈਠੇ ਨੇ ਉਹ ਜਿਹੜੇ ਖਾਸ ਕਰਕੇ ਪੁਰਾਣੇ ਆਏ ਹੋਏ ਨੇ, ਜਿਨ੍ਹਾਂ ਨੇ ਹੁਣ ਸੈਟਲ ਵੀ ਹੋ ਗਿਆ, ਜਿਨ੍ਹਾਂ ਦੀ ਤੀਜੀ ਚੌਥੀ ਪੀੜ੍ਹੀ ਵੀ ਇੱਥੇ ਚੱਲ ਰਹੀ ਆ, ਉਹ ਵਾਪਸ ਜਾਣ ਜਾ ਕੇ ਉੱਥੇ ਜ਼ਰੂਰ ਆਪਣਾ ਯੋਗਦਾਨ ਪਾਉਣ ਕਿ ਆਪਾਂ ਉਸ ਏਰੀਏ ਦੇ ਲੋਕਾਂ ਨੂੰ ਐਜੂਕੇਟ ਕਰ ਸਕੀਏ ਕਿ ਤੁਸੀਂ ਜੇ ਇੰਨੀ ਮਿਹਨਤ ਇੰਡੀਆ ਦੇ ਵਿੱਚ ਰਹਿ ਕੇ ਕਰੋਗੇ ਤਾਂ ਤੁਹਾਨੂੰ ਕਿਸੇ ਗੱਲ ਦੀ ਕਮੀ ਨਹੀਂ ਆ ਸਕਦੀ। ਅੱਜ ਦੀ ਡੇਟ ਦੇ ਵਿੱਚ ਵੀ ਕਾਫੀ ਪੰਜਾਬੀ ਨੇ ਜਾਂ ਜਿਹੜੇ ਉੱਥੇ ਬੈਠੇ ਨੇ ਲੋਕੀ, ਉਹ ਇਸ ਗੱਲ ਨੂੰ ਮੰਨਦੇ ਨੇ ਕਿ ਉੱਥੇ ਬੈਠ ਕੇ ਵੀ ਕਮਾਈ ਕੀਤੀ ਜਾ ਸਕਦੀ ਆ। ਆਪਣੇ ਕਾਲਰ ਆ ਰਹੇ ਨੇ, ਆਪਾਂ ਜ਼ਰੂਰ ਲਵਾਂਗੇ। ਜੀ ਤੁਹਾਡਾ ਨਿੱਘਾ ਸਵਾਗਤ ਹੈ ਜਸ ਟੀਵੀ ਤੇ ਜੀ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਹੈਲੋ 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 ਜੀ, ਹਾਂਜੀ ਆਵਾਜ਼ ਆ ਰਹੀ ਜੀ ਤੁਹਾਨੂੰ? ਹਾਂਜੀ ਆਵਾਜ਼ ਆਉਣ ਆਈ ਹੈ। ਹਾਂਜੀ ਤੁਸੀਂ ਗੱਲਾਂ ਨੂੰ, ਹਾਂਜੀ ਤੇ ਹੋਰ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਹੋ ਹਨਾ, ਹਾਂਜੀ ਇੰਡੀਆ ਦੀ, ਇੰਡੀਆ ਬਾਰੇ। ਹੈਲੋ ਹਾਂਜੀ ਹਾਂਜੀ, ਤੇ ਇਹ ਕੀ ਕੈਪਟਨ ਕੀ ਸਿੱਧੂ, ਕੀ ਇਹ ਤਾਂ ਵਰਤ ਕਰੇ ਉਹ ਪਾਰਟੀ ਕਰੇ ਉਹ ਪਾਰਟੀ ਪਾਣੀ ਦੀ ਮਧਾਣੀ ਹੈ ਇਹਨਾਂ ਦੀ, ਤੇ ਬੱਚਿਆਂ ਨੂੰ ਮਰਵਾਈ ਜਾਂਦੇ ਆ, ਕੀ ਇਹਨਾਂ ਦਾ ਵਿਚਾਰ ਆ? ਤੇ ਮੈਂ ਤਾਂ ਸਰਜੀਤ ਕੌਰ ਬੋਲਦੇ ਆ ਤੁਹਾਡੇ ਕੋਲ ਇਕੱਲੇ ਬੋਲਦੇ ਆ ਤੋਂ, ਤੇ ਹੁਣ ਮੈਂ ਆਈ ਸੀ, ਮੈਂ ਦੇਖਾ ਵਾ ਲੱਗਦੀ, ਪਹਿਲਾਂ ਅਸੀਂ ਜਾਂਦੇ ਦਿਲ ਜੂਲ ਜਾਂਦਾ, ਤੇ ਫੇਰ ਹੁਣ ਦੇਖੋ ਕੀ ਕਰਦੇ ਫਿਰਦੇ ਆ, ਜਲੰਧਰ ਕੋਲਦਰ ਕੀ ਕੀ ਕੀ, ਹੁਣ ਕੀ ਇਹਨਾਂ ਨੇ ਸਕੂਲ ਬੰਦ ਕਰਤੇ ਜਿਹੜੇ ਪ੍ਰਾਈਵੇਟ ਸਕੂਲ ਆ, ਸਾਡੇ ਸਕੂਲ ਆਏਗਾ ਪ੍ਰਾਈਵੇਟ ਮਾਤਾ ਗੁਜਰੀ, ਤੇ ਉਹ ਕਦੇ ਕਿਵੇਂ ਕਦੇ ਕਿਵੇਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ, ਹੋਰ ਤਾਂ ਕੁਛ ਨਹੀਂ ਕਹਿਣਾ ਚਾਹੁੰਦੀ। ਥੈਂਕਯੂ ਜੀ ਵੀਰਾ, ਥੈਂਕਯੂ ਜੀ ਬਹੁਤ ਜੀ। ਇਹ ਸਾਂਝੀ ਸੀ ਕਾਲਰ ਆਪਣੇ ਕੈਲੀਫੋਰਨੀਆ ਤੋਂ, ਜਿਹੜੇ ਕਾਫੀ ਤੰਗ ਨੇ ਇਸ ਸਿਸਟਮ ਤੋਂ। ਜਿਹੜਾ ਇੱਕ ਸਿਸਟਮ ਹੈ ਅਸੀਂ ਉਹ ਨਹੀਂ ਕ੍ਰੀਏਟ ਕਰ ਸਕੇ, ਉਹਦਾ ਵੀ ਇੱਕ ਰੀਜਨ ਆ ਕਿ ਅਸੀਂ ਸਿਸਟਮ ਕ੍ਰੀਏਟ ਕਿਉਂ ਨਹੀਂ ਕਰਨਾ ਚਾਹੁੰਦੇ, ਕਿਉਂਕਿ ਸਾਡੇ ਦਿਮਾਗ ਦੇ ਵਿੱਚ, ਮਨ ਦੇ ਵਿੱਚ ਚੋਰ ਹੈ ਕਿ ਅਸੀਂ ਜੇ ਸਿਸਟਮ ਕ੍ਰੀਏਟ ਹੋ ਗਿਆ ਤੇ ਅਸੀਂ ਖੁਦ ਹੀ ਫੜੇ ਜਾਵਾਂਗੇ, ਕਿਉਂਕਿ ਅਸੀਂ ਗਲਤ ਕੰਮ ਕਰਨ ਤੋਂ ਜਾਂ ਕੋਈ ਗਲਤ ਫੈਸਲੇ ਲੈਣ ਤੋਂ ਪੰਜਾਬੀ ਕਿਸੇ ਨਾਲੋਂ ਘੱਟ ਨਹੀਂ। ਕਿਉਂਕਿ ਅਸੀਂ ਚਾਹੁੰਦੇ ਵੀ ਅਸੀਂ ਜਦੋਂ ਕੋਈ ਵੀ ਇਨਸਾਨ, ਚਾਹੇ ਉਹ ਪੰਜਾਬੀ ਹੋਵੇ ਜਾਂ ਪੰਜਾਬ ਤੋਂ ਬਾਹਰੋਂ ਹੋਵੇ, ਕੋਈ ਵੀ ਇਨਸਾਨ ਚਾਹੁੰਦਾ ਕਿ ਮੈਂ ਜਲਦੀ ਅਮੀਰ ਹੋ ਜਾਵਾਂ ਜਾਂ ਜਲਦੀ ਪੈਸਾ ਆ ਜਾਵੇ, ਉਹ ਆ ਤਾਂ ਜਾਊਗਾ ਜੇ ਤੁਸੀਂ ਕੋਸ਼ਿਸ਼ ਕਰਾਂਗੇ, ਪਰ ਉਹ ਜਲਦੀ ਜਾਊਗਾ ਵੀ ਓਨੀ ਜਲਦੀ, ਤੇ ਉਸ ਉਹ ਜਿਹੜਾ ਜਲਦੀ ਆਈ ਹੋਈ ਚੀਜ਼ ਆ ਉਹ ਤੁਹਾਨੂੰ ਜ਼ਿਆਦਾ ਦੁਖੀ ਕਰੂਗੀ, ਔਰ ਫਿਰ ਤੁਹਾਨੂੰ ਟਾਈਮ ਤੋਂ ਬਾਅਦ ਪਤਾ ਲੱਗੂਗਾ ਕਿ ਮੈਨੂੰ ਆਹ ਨਹੀਂ ਕਰਨਾ ਚਾਹੀਦਾ ਸੀ। ਇਸੇ ਗੱਲ ਕਰਕੇ ਆਪਾਂ ਵਾਪਸ ਪਿੱਛੇ ਨੂੰ ਦੇਖੀਏ ਕਿ ਜਲੰਧਰ ਏਰੀਆ ਬਾਹਰ ਕਿਉਂ ਆਇਆ, ਉਹ ਜ਼ਿਆਦਾ ਰੀਜਨ ਇਹੀ ਸੀ ਕਿ ਉੱਥੇ ਪੈਸਾ ਜਿਹੜਾ ਸੀ ਉਹ ਘੱਟ ਸੀ, ਕਿਸੇ ਵੀ ਚੀਜ਼ ਵਿੱਚ ਪੈਸਾ ਨਾ ਬਣਨ ਕਰਕੇ ਜਦੋਂ ਬਾਹਰ ਜਾ ਕੇ ਦੇਖਿਆ ਬਾਹਰਲੇ ਮੁਲਕਾਂ 'ਚੋਂ ਪੈਸਾ, ਉਹੀ ਪੈਸਾ ਆ ਕੇ ਡਬਲ ਹੋ ਗਿਆ। ਉਹੀ ਬੰਦਾ ਜਿਹੜਾ ਉੱਥੇ ਖੇਤੀ ਕਰਕੇ ਕੁਛ ਨਹੀਂ ਕਮਾ ਰਿਹਾ ਸੀ, ਉਹੀ ਬੰਦਾ ਉਹ ਪੈਸਾ 3 ਗੁਣਾ ਜ਼ਿਆਦਾ ਕਮਾ ਰਿਹਾ। ਉਹੀ ਲੋਕਾਂ ਨੇ ਦੇਖ ਕੇ, ਹਰ ਇੱਕ ਬੰਦੇ ਨੇ, ਕਿਉਂਕਿ ਪੰਜਾਬੀਆਂ ਨੂੰ ਇਹ ਆਦਤ ਆ ਦੇਖੋ ਦੇਖੀ ਵਾਲੀ ਗੱਲ ਜਿਹੜੀ ਆ ਉਹ, ਅਸੀਂ ਜੇ ਇੱਕ ਪੰਜਾਬੀ ਨੇ ਰੈਸਟੋਰੈਂਟ ਖੋਲ੍ਹ ਲਿਆ
ਤੇ ਉਹਦੇ ਨਾਲ ਚਾਰ ਬੰਦੇ ਉਸੇ ਸ਼ਹਿਰ ਦੇ ਵਿੱਚ ਖੜੇ ਹੋ ਜਾਂਦੇ ਨੇ ਕਿ ਅਸੀਂ ਰੈਸਟੋਰੈਂਟ ਖੋਲੀਏ। ਲੇਕਿਨ ਕੀ ਇਹ ਕੰਮ ਅਸੀਂ ਇੰਡੀਆ ਕਰਦੇ? ਨਾ, ਉੱਥੇ ਜੇ ਚਾਰ ਭਰਾ ਨੇ ਤਾਂ ਚਾਰੇ ਖੇਤੀ ਦੇ ਪਿੱਛੇ ਪਏ ਆ। ਕਦੀ ਨਹੀਂ ਅਸੀਂ ਸੋਚਦੇ ਕਿ ਚਲੋ ਇੱਕ ਬੰਦਾ ਖੇਤੀ ਕਰਦਾ, ਜਿਹੜੇ ਦੂਸਰੇ ਦੋ ਹੈ ਉਹ ਕੋਈ ਹੋਰ ਅਲੱਗ, ਜਾਂ ਆਪਣੇ ਢਾਬਾ ਹੋ ਗਿਆ, ਜਾਂ ਟੈਕਸੀ ਹੋ ਗਈ, ਕਿਸੇ ਤਰ੍ਹਾਂ ਦਾ ਵੀ ਕੰਮ ਉੱਥੇ ਆਪਾਂ ਕਰ ਸਕਦੇ। ਲੇਕਿਨ ਕਿਸੇ ਵੀ ਖਾਸ ਕਰਕੇ ਜਿਹੜੇ ਜੱਟ ਭਾਈਚਾਰਾ, ਉਹਨਾਂ ਨੂੰ ਕਹਿੰਦੇ ਹੋ ਕਿ ਤੁਸੀਂ ਆ ਢਾਬਾ ਕਰ ਲਓ, ਕਹਿੰਦੇ ਲੈ ਜੱਟਾਂ ਦਾ ਮੁੰਡਾ ਢਾਬਾ ਢਾਬੇ 'ਤੇ ਕੰਮ ਕਰੂ। ਬੜੀ ਮੰਦਭਾਗੀ ਗੱਲ ਆ। ਬਾਹਰ ਅਸੀਂ ਆ ਕੇ ਹੁਣ ਦੇ ਜ਼ਮਾਨੇ ਦੇਖੋ ਤੇ ਮੇਰਾ ਖਿਆਲ ਕੋਈ ਐਸਾ ਕੰਮ ਨਹੀਂ, ਜੇ ਅਮੈਰੀਕਾ, ਕੈਨੇਡਾ ਜਾਂ ਇੰਗਲੈਂਡ, ਮੈਕਸੀਕੋ ਕਿਤੇ ਜਾ ਕੇ ਦੇਖ ਲਓ ਕਿ ਕੋਈ ਐਸਾ ਕੰਮ ਨਹੀਂ ਕਿ ਉੱਥੇ ਕਦੀ ਨਹੀਂ ਕੋਈ ਕਹਿੰਦਾ ਕਿ ਮੈਂ ਜੱਟਾਂ ਦਾ ਮੁੰਡਾ, ਮੈਂ ਆਹ ਕਰਨਾ। ਜਾਓ ਉਹ ਆ ਕੇ ਕਹਿੰਦਾ ਮੈਂ ਤਾਂ ਬਾਂਭਣ ਜੀ, ਮੈਂ ਆਹ ਨਹੀਂ ਕਰਨਾ। ਦੇਖੋ ਬਾਹਰ ਆ ਕੇ ਕਿੱਡੀ ਮਾੜੀ ਗੱਲ ਆ ਕਿ ਕੋਈ ਕਿਸੇ ਕੰਮ ਤੋਂ ਨਾ ਨਹੀਂ ਕਰਦਾ, ਕਿਉਂਕਿ ਉੱਥੇ ਹੁੰਦਾ ਕੀ ਆ, ਉੱਥੇ ਮਜ਼ਬੂਰੀ ਬਣ ਜਾਂਦੀ ਆ, ਕਿਉਂਕਿ ਪਿਛਲਾ ਜੋ ਹੁੰਦਾ ਤੁਸੀਂ ਵੇਚ ਲਿਆ ਹੁੰਦਾ, ਜਿਹੜਾ ਅੱਗੇ ਆ ਉਹ ਬਣਾਉਣ ਲਈ ਸਿਰਫ ਆਪਣਾ ਇੱਥੇ ਆ ਜਾਂਦਾ ਕਿ ਪਿੱਛੋਂ ਸਾਰਾ ਕੁਛ ਵੇਚ ਲਿਆ, ਹੁਣ ਅੱਗੇ ਆਪਾਂ ਨੂੰ ਮਜ਼ਬੂਰੀ ਆ ਗਈ ਕੰਮ ਕਰਨਾ ਹੀ ਪੈਣਾ। ਲੇਕਿਨ ਤੁਸੀਂ ਇੰਡੀਆ ਚਲੇ ਜਾਓ, ਖਾਸ ਕਰਕੇ ਪਿੰਡਾਂ ਦੇ ਵਿੱਚ, ਜੇ ਜਲੰਧਰ ਏਰੀਆ ਦੇ ਵਿੱਚ ਜਾਓ, ਪਿੰਡਾਂ ਦੇ ਵਿੱਚ ਜਾ ਕੇ ਦੇਖੋ ਕਿ ਪਿੰਡ ਦੇ ਵਿੱਚ ਪੂਰੇ ਪੂਰੇ ਇੱਕ ਪਿੰਡ ਦੇ ਵਿੱਚ 15-20 ਬੰਦੇ ਪੂਰਾ ਦਿਨ ਵਿਹਲੇ ਨੇ, ਕੋਈ ਕੰਮ ਨਹੀਂ ਕਰਦੇ। ਤੇ ਇੱਥੇ ਤੁਸੀਂ ਕਿਸੇ ਸ਼ਹਿਰ ਵਿੱਚ ਚਲ ਜਾਓ, ਤੁਸੀਂ 20 ਬੰਦੇ ਇਕੱਠੇ ਕਰਨੇ ਹੋਣ ਤਾਂ ਹਰ ਕੋਈ ਬੰਦਾ ਤੁਹਾਨੂੰ ਟਾਈਮ ਦਊਗਾ, ਜਦ ਮੋਰਲੇ ਹਫ਼ਤੇ ਰੱਖਿਓ ਮੇਰਾ ਇਸ ਦਿਨ ਟਾਈਮ ਨਹੀਂ, ਕਿਉਂਕਿ ਹਰ ਇੱਕ ਬੰਦਾ ਬਿਜ਼ੀ ਆ, ਉਹਨੂੰ ਲਾਈਫ ਸਕੈਜੂਅਲ ਬਣੇ ਹੋਏ ਆ, ਉਹਨੇ ਸੋਚਿਆ ਹੋਇਆ ਕਿ ਮੈਂ ਕੀ ਕਰਨਾ। ਇੰਡੀਆ ਦੇ ਵਿੱਚ ਕੀ ਆ ਕਿ ਪਿੰਡ ਦੇ ਵਿੱਚ 15-20 ਬੰਦੇ, ਜਿਹਨੂੰ ਆਪਾਂ ਕਹਿੰਦੇ ਕਿ ਸੱਥ ਬਣੀ ਹੋਈ ਜੀ, ਤਾਸ਼ ਖੇਡੀ ਜਾਂਦੇ ਨੇ, ਉਹ ਕਹਿੰਦੇ ਸਾਨੂੰ ਕੋਈ ਕੰਮ ਨਹੀਂ। ਤੇ ਉੱਥੇ 50 ਸਾਲ ਬਾਅਦ ਜਾਂ 55 ਸਾਲ ਬਾਅਦ ਲੋਕ ਕਹਿਣ ਲੱਗ ਜਾਂਦੇ ਨੇ ਕਿ ਮੈਂ ਆਪਾਂ ਬੁੱਢੇ ਹੋ ਗਏ ਜੀ, ਹੁਣ 50 ਸਾਲ ਦੀ ਤਾਂ ਉਮਰ ਹੋ ਗਈ। ਤਾਂ ਇੱਥੇ 50-60 ਸਾਲਾਂ ਬਾਅਦ ਗੋਰੇ ਗੋਰੀਆਂ ਸ਼ੁਰੂ ਕਰਦੇ ਨੇ, ਕਹਿੰਦੇ ਹੁਣ ਲਾਈਫ ਇੰਜੋਏ ਕਰੀਏ। ਬਸ ਇਹੀ ਫਰਕ ਆ ਇੱਕ ਸੋਚ ਦਾ, ਜੇ ਅਸੀਂ ਆਪਣੀ ਸੋਚ ਥੋੜ੍ਹੀ ਜਿਹੀ ਬਦਲ ਲਈਏ ਕਿ ਅਸੀਂ ਇਸ ਗੱਲ 'ਤੇ ਨਹੀਂ ਆਉਣਾ ਕਿ ਆਪਾਂ ਬੁੱਢੇ ਹੋ ਗਏ, ਜਾਂ ਆਪਾਂ ਜਿਹੜਾ ਜਿਹਨੂੰ ਆਪਾਂ ਕਹਿੰਦੇ ਨੇ ਆਸਾਨ ਰਸਤਾ, ਜਾਂ ਸਰੀਰ ਨੂੰ ਦੁੱਖ ਨਹੀਂ ਦੇਣਾ, ਉਹ ਰਸਤਾ ਨਾ ਚੁਣੀਏ। ਜੇ ਆਪਾਂ ਥੋੜ੍ਹਾ ਜਿਹਾ ਸਰੀਰ ਨੂੰ ਦੁੱਖ ਦੇਵਾਂਗੇ, ਦੁੱਖ ਹੀ ਕਦੋਂ ਆ, ਜੇ ਆਪਾਂ ਚੜ੍ਹਦੀ ਉਮਰ ਦੇ ਵਿੱਚ, ਜਿਹੜਾ ਜਵਾਨੀ ਹੁੰਦੀ ਆ, ਜਿੱਥੇ ਆਪਾਂ ਕਹਿੰਦੇ ਹੁਣ ਜਵਾਨੀ ਆ ਗਈ ਜਾਂ ਹੁਣ ਇਹਦਾ ਵਿਆਹ ਕਰਦੇ ਹੋ, ਉਹ ਜੇ ਉਸ ਉਮਰ ਦੇ ਵਿੱਚ, ਜਿਹੜੀ ਉਮਰ ਖਾਸ ਕਰਕੇ ਜਿਹੜੀ 5 ਸਾਲ ਤੋਂ ਲੈ ਕੇ 15 ਸਾਲ ਤੱਕ ਹੁੰਦੀ ਆ, ਜੇ ਉਹਦੇ ਵਿੱਚ ਉਹ ਟਾਈਮ ਜਿਹੜਾ ਅਸੀਂ ਆਪਣੇ ਆਪ ਲਈ ਇਨਵੈਸਟ ਕਰ ਲਈਏ, ਉਹ ਕਿਸੇ ਲਈ ਨਹੀਂ, ਮੈਂ ਇਹ ਨਹੀਂ ਕਹਿੰਦਾ ਦੇਸ਼ ਲਈ ਕਰ ਲਓ, ਜਾਂ ਕਿਸੇ ਮੰਤਰੀ ਲਈ ਕਰ ਲਓ, ਜਾਂ ਆਪਣੇ ਮਾਂ ਪਿਓ ਲਈ ਕਰ ਲਓ, ਆਪਣੇ ਆਪ ਲਈ। ਆਪਣੇ ਆਪ ਦਾ ਮਤਲਬ ਕਿ ਉਹ ਇੱਕ ਐਸੀ ਚੀਜ਼ ਹੈ ਜਿਹੜੀ ਤੁਸੀਂ ਇੱਕ ਮਾਂ ਪਿਓ ਆਪਣੇ ਬੱਚਿਆਂ ਲਈ ਇਨਵੈਸਟ ਕਰ ਲੈਣ। ਪੈਸਾ ਘੱਟ ਕਮਾ ਲਓ, ਕੋਈ ਗੱਲ ਨਹੀਂ, ਪੈਸਾ ਲਾਈਫ ਦੇ ਵਿੱਚ ਜ਼ਰੂਰੀ ਵੀ ਆ, ਲੇਕਿਨ ਇੰਨਾ ਵੀ ਨਹੀਂ ਜ਼ਰੂਰੀ ਕਿ ਤੁਸੀਂ ਉਹ ਜਿਹੜਾ ਟਾਈਮ ਸੀ ਥੋੜ੍ਹਾ ਜਿਹਾ ਆਪਣੇ ਬੱਚਿਆਂ ਦਾ ਜਿਹੜਾ ਟਾਈਮ ਤੁਸੀਂ ਸਪੈਂਡ ਕਰਨਾ ਸੀ ਉਹ ਤੁਸੀਂ ਪੈਸੇ ਪਿੱਛੇ ਕਰ ਦਿੱਤਾ। ਉਹ ਤੁਹਾਡੀ ਇਨਵੈਸਟਮੈਂਟ ਜਿਹੜੀ ਸੀ ਉਹ ਚਾਹੀਦੀ ਸੀ ਤੁਹਾਡੇ ਬੱਚਿਆਂ ਵਾਸਤੇ ਕਿ ਇਹਨਾਂ ਨੂੰ ਐਜੂਕੇਸ਼ਨ ਵੱਲ ਨੂੰ ਤੋਰਿਆ ਜਾਵੇ, ਤਾਂ ਕਿ ਜੇ ਇੱਕ ਪੀੜ੍ਹੀ ਵੀ ਤੁਹਾਡੀ ਐਜੂਕੇਟ ਹੋ ਗਈ ਤਾਂ ਉਹ ਗਾਲੀਆਂ 10 ਪੀੜ੍ਹੀਆਂ ਜਿਹੜੀਆਂ ਉਹ ਤਰ ਜਾਣਗੀਆਂ, ਕਿਉਂਕਿ ਜੇ ਐਜੂਕੇਸ਼ਨ ਹੋਣੀ ਬਹੁਤ ਹੀ ਜ਼ਰੂਰੀ ਆ। ਜੇ ਐਜੂਕੇਸ਼ਨ ਸਾਡੇ ਕੋਲ ਆ, ਫਿਰ ਅਸੀਂ ਉਹਨੂੰ ਟਵਿਸਟ ਕਰਕੇ ਜਾਂ ਸਾਡੀ ਜਿਹੜੀ ਲਾਈਫ ਆ ਉਹ ਇੰਨੀ ਕੁ ਆਸਾਨ ਹੋ ਜਾਊਗੀ ਕਿ ਸਾਨੂੰ ਹਰ ਇੱਕ ਚੀਜ਼ ਬਜਟ ਕਰਨੀ ਜਾਂ ਉਹ ਚੀਜ਼ ਨੂੰ ਲੱਭਣਾ ਜਾਂ ਉਸ ਚੀਜ਼ ਬਾਰੇ ਜਾਣਨਾ ਉਹ ਸਾਨੂੰ ਸੌਖਾ ਰਹੂਗਾ। ਜੇ ਹੁਣ ਐਜੂਕੇਸ਼ਨ ਨਹੀਂ ਹੈਗੀ ਤਾਂ ਤੁਹਾਨੂੰ ਮੈਪ ਦੇਖਣਾ ਨਹੀਂ ਆਉਂਦਾ, ਤੁਹਾਨੂੰ ਕਿਸੇ ਵੀ ਤਰੀਕੇ ਨਾਲ ਪਤਾ ਨਹੀਂ ਲੱਗ ਸਕਦਾ ਕਿ ਮੈਕਸੀਕੋ ਕਿੱਥੇ ਪੈਂਦਾ ਜਾਂ ਮੈਕਸੀਕੋ ਦੇ ਕਿਹੜੇ ਕਿਹੜੇ ਸ਼ਹਿਰ ਨੇ। ਲੇਕਿਨ ਹੁਣ ਦਾ ਜ਼ਮਾਨਾ ਆ ਗਿਆ ਕਿ ਐਜੂਕੇਸ਼ਨ ਜਿਹੜੀ ਆ ਉਹ ਬਹੁਤ ਹੀ ਜ਼ਰੂਰੀ ਆ। ਤੁਸੀਂ ਅੱਜ ਕੱਲ੍ਹ ਕੋਈ ਵੀ ਕੰਮ ਕਰਨਾ, ਰੈਸਟੋਰੈਂਟ ਚਲਾਉਣਾ, ਟਰੱਕ ਚਲਾਉਣਾ, ਇੱਥੇ ਤੱਕ ਵੀ ਜੇ ਖੇਤੀ ਦਾ ਵੀ ਕੰਮ ਕਰਨਾ, ਜਿਹੜਾ ਆਪਾਂ ਕਹਿ ਦਿੰਦੇ ਵੀ ਖੇਤੀ ਦਾ ਕੰਮ ਕੀ ਕਰਨਾ, ਉਹ ਵੀ ਕੰਮ ਮਾੜਾ ਨਹੀਂ, ਲੇਕਿਨ ਉੱਥੇ ਵੀ ਐਜੂਕੇਸ਼ਨ ਹੋਣੀ ਬਹੁਤ ਜ਼ਰੂਰੀ ਆ। ਕਿਸ ਇਹ ਨਹੀਂ ਕਿ ਪਾਗਲਾਂ ਨੂੰ ਜੇ ਇੱਕ ਗੱਲ ਦੇ ਪਿੱਛੇ ਪਏ ਕਿ ਪੰਜਾਬ ਦੇ ਵਿੱਚ ਝੋਨਾ ਹੀ ਹੁੰਦਾ, ਝੋਨਾ ਹੀ ਲਾਈ ਜਾਣਾ, ਨਹੀਂ, ਜੇ ਕਣਕ ਆ ਤਾਂ ਕਣਕ ਹੀ ਲਾਈ ਜਾਣੀ। ਸਾਨੂੰ ਸੋਚਣਾ ਪਊਗਾ ਕਿ ਜਿਹੜੀ ਹਰ ਇੱਕ ਚੀਜ਼ ਅਸੀਂ ਕਰ ਰਹੇ ਹਾਂ ਉਹ 'ਤੇ ਸਾਡੀ ਲਾਗਤ ਕੀ ਆ, ਕੋਸਟ ਕੀ ਆ, ਔਰ ਸਾਨੂੰ ਮਿਲ ਕੀ ਰਿਹਾ ਵਿੱਚੋਂ। ਜੇ ਜਿਸ ਦਿਨ ਪੰਜਾਬ ਦੇ ਲੋਕ ਜਿਸ ਤਰ੍ਹਾਂ ਬਾਹਰ ਜਾ ਕੇ ਸੋਚਣ ਲੱਗੇ ਕਿ ਸਾਨੂੰ ਇੱਥੇ ਆ ਕੇ ਆਹ ਕੰਮ 'ਚ ਫਾਇਦਾ, ਸਾਨੂੰ ਆਹ ਇੱਦਾਂ ਪੈਸੇ ਜ਼ਿਆਦਾ ਮਿਲਦੇ ਨੇ ਜਾਂ ਸਾਨੂੰ ਟਰੱਕ ਚਲਾਉਣ ਵਿੱਚ ਮਿਲਦੇ ਨੇ, ਜੇ ਅਸੀਂ ਇਹੀ ਸੋਚ ਵਾਪਸ ਪੰਜਾਬ ਦੇ ਲੋਕਾਂ ਦੇ ਵਿੱਚ ਭਰ ਦਈਏ ਕਿ ਖੇਤੀ ਕਰਨ ਦੇ ਵਿੱਚ ਫਾਇਦਾ, ਜਾਂ ਡੇਅਰੀ ਫਾਰਮ ਦੇ ਵਿੱਚ ਫਾਇਦਾ, ਜਾਂ ਟਰੈਕਟਰ ਵੇਚਣ 'ਚ ਫਾਇਦਾ, ਜਾਂ ਬਣਾਉਣ 'ਚ ਫਾਇਦਾ, ਜਦੋਂ ਜਿਸ ਦਿਨ ਪੰਜਾਬੀ ਇਹ ਸੋਚਣ ਲੱਗ ਗਏ ਤਾਂ ਪੰਜਾਬੀ ਪੰਜਾਬ ਦੇ ਵਿੱਚ ਸਾਰੇ ਦੁਨੀਆਂ ਤੋਂ ਗਾਹ ਲੰਘ ਜਾਣਗੇ। ਔਰ ਇਹਦਾ ਰੀਜ਼ਨ ਇਹੀ ਆ, ਕਿਉਂਕਿ ਜੇ ਥੋੜ੍ਹਾ ਜਿਹਾ ਸੋਚੋ ਕਿ ਪੰਜਾਬੀ ਗਾਹ ਕਿਉਂ ਲੰਘ ਜਾਣਗੇ, ਮੈਂ ਕਹਿ ਰਿਹਾ ਕਿਸੇ ਮੁਲਕ ਦੇ ਵਿੱਚ ਜਾ ਕੇ ਦੇਖੋ ਜਿੱਥੇ ਅਸੀਂ ਗਏ ਹਾਂ, ਜਿਹੜਾ ਕੋਈ ਬੰਦਾ ਅੱਜ ਤੋਂ 25-30 ਸਾਲ ਪਹਿਲਾਂ ਆਇਆ ਸੀ ਉਹ ਆਪਣਾ ਘਰ ਵੀ ਲਈ ਬੈਠਾ,
ਔਰ ਬਿਜ਼ਨਸ ਵੀ ਲਈ ਬੈਠਾ, ਉਹਦੇ ਕੋਲ ਗੱਡੀ ਵੀ ਆਪਦੀ ਆ, ਔਰ ਉਹਨੇ ਆਪਣੇ ਬੱਚੇ ਤਾਂ ਸੱਦਣੇ ਸੀ, ਉਹਨੇ ਨਾਲ ਆਪਣੇ ਭਰਾ ਦੇ ਜਾਂ ਆਪਣੇ ਭੈਣਾਂ ਦੇ ਜਾਂ ਚਾਚੇ ਤਾਇਆਂ ਦੇ ਉਹਨਾਂ ਦੀ ਹੈਲਪ ਕਰਕੇ ਜਾਂ ਯਾਰਾਂ ਦੋਸਤਾਂ ਦੀ ਵੀ ਹੈਲਪ ਕੀਤੀ ਹੋਈ ਆ ਕਿ ਚਲੋ ਇਹ ਵੀ ਕਿਸੇ ਤਰ੍ਹਾਂ ਕਾਮਯਾਬ ਹੋ ਜਾਣ। ਔਰ ਮੈਂ ਨਹੀਂ ਕਹਿੰਦਾ ਸਾਰੇ ਹੀ ਹੈਲਪ ਕਰਦੇ ਆ, ਲੇਕਿਨ ਪੰਜਾਬੀ ਫਿਰ ਵੀ ਜਿੰਨੇ ਵੀ ਇੱਕ ਦੂਜੇ ਨੂੰ ਜਾਣਦੇ ਨੇ ਵੱਧ ਤੋਂ ਵੱਧ ਉਹਦੀ ਹੈਲਪ ਕਰਦੇ ਨੇ। ਜਦੋਂ ਉਹ ਇੱਕ ਮੁਲਕ ਤੋਂ ਛੱਡ ਕੇ ਆਪਣਾ ਘਰ ਬਾਰ ਛੱਡ ਕੇ ਜ਼ਮੀਨ ਜਾਇਦਾਦ ਛੱਡ ਕੇ ਆਪਣੇ ਮਾਂ ਪਿਓ ਨੂੰ ਛੱਡ ਕੇ ਕਿਸੇ ਜਗ੍ਹਾ ਤੇ ਕਾਮਯਾਬ ਹੋ ਸਕਦੇ ਆ, ਇਹ ਸੋਚੋ ਕਿ ਜੇ ਉਸ ਮੁਲਕ ਦੇ ਵਿੱਚ ਰਹਿ ਕੇ ਜਿੱਥੇ ਸਾਡੇ ਕੋਲ ਘਰ ਵੀ ਆ, ਜ਼ਮੀਨ ਵੀ ਆ, ਸਾਡੇ ਕੋਲ ਸਾਰਾ ਕੁਝ ਸੈਟਲ ਆ, ਔਰ ਸਾਨੂੰ ਉੱਥੇ ਦੀ ਬੋਲੀ ਆਉਂਦੀ ਜਿੱਥੇ ਦੀ ਬਾਹਰ ਜਾ ਕੇ ਸਿੱਖਣੀ ਪੈਂਦੀ ਆ, ਫਿਰ ਅਸੀਂ ਉੱਥੇ ਕਾਮਯਾਬ ਹੋ ਗਏ ਕਿੰਨੀ ਸਪੀਡ ਦੇ ਨਾਲ ਵਧਾਂਗੇ। ਸਿਰਫ ਤੇ ਸਿਰਫ ਸਾਨੂੰ ਇੱਕ ਸੋਚ ਬਦਲਣ ਦੀ ਲੋੜ ਆ। ਸੋਚ ਬਦਲਣੀ ਕੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਐਜੂਕੇਟ ਕਰਨਾ, ਔਰ ਅਸੀਂ ਇਹ ਸੋਚਣਾ ਕਿ ਅਸੀਂ ਪੰਜਾਬ ਦੇ ਵਿੱਚ ਬੈਠ ਕੇ ਕੀ ਕਰੀਏ। ਫਿਲਹਾਲ ਤਾਂ ਇਹ ਆ ਵੀ ਕਿ ਆਪਾਂ ਬਾਹਰਲੇ ਮੁਲਕਾਂ 'ਚ ਬੈਠੇ, ਇੱਥੇ ਬਾਰੇ ਵੀ ਸੋਚਣਾ, ਲੇਕਿਨ ਜ਼ਰੂਰੀ ਨਹੀਂ ਕਿ ਤੁਸੀਂ ਸਾਰੀ ਉਮਰ ਇੱਕੋ ਹੀ ਕੰਮ ਕਰੀ ਜਾਣਾ। ਜਿਹੜੇ ਬੰਦੇ ਕੁਛ ਰਿਟਾਇਰ ਹੋ ਚੁੱਕੇ ਨੇ ਜਾਂ ਜਿਹਨਾਂ ਦੇ ਕੋਲ ਸਮਾਂ ਹੈ, ਉਹ ਮੈਂ ਚਾਹੂੰਗਾ ਜ਼ਰੂਰ ਇਹ ਗੱਲ ਸੋਚਣ, ਇਸ ਗੱਲ 'ਤੇ ਵਿਚਾਰ ਦੇਣ ਕਿ ਅਸੀਂ ਜੋ ਐਜੂਕੇਸ਼ਨ ਸਾਡੇ ਕੋਲ ਹੈ ਉਹਨੂੰ ਵਾਪਸ ਲੈ ਕੇ ਉੱਥੇ ਚੱਲੀਏ। ਚਲੋ ਪੈਸੇ ਤਾਂ ਮੈਂ ਕਹਿੰਦਾ ਨਹੀਂ ਦਿਓ ਜਾਂ ਨਾ ਦਿਓ, ਉਹ ਹਰ ਇੱਕ ਦਾ ਨਿੱਜੀ ਮਾਮਲਾ, ਲੇਕਿਨ ਜੇ ਕਿਸੇ ਬੰਦੇ ਦੇ ਕੋਲ ਐਜੂਕੇਸ਼ਨ ਹੈ ਜਾਂ ਉਹ ਵਧੀਆ ਪ੍ਰਚਾਰਕ ਹੈ ਜਾਂ ਉਹ ਕਿਸੇ ਧਰਮ ਬਾਰੇ ਜਾਣਦਾ ਹੈ ਜਾਂ ਉਹ ਲੋਕਾਂ ਨੂੰ ਸਿੱਧੇ ਰਸਤੇ ਪਾ ਸਕਦਾ, ਮੈਂ ਜ਼ਰੂਰ ਚਾਹੂੰਗਾ ਕਿ ਜ਼ਿੰਦਗੀ ਦਾ ਇੱਕ ਹਿੱਸਾ ਕੱਢ ਕੇ ਜ਼ਰੂਰ ਸ਼ੇਅਰ ਕਰੋ, ਚਾਹੇ ਉਹ ਫੋਨ ਦੇ ਰਾਹੀਂ ਕਰ ਲਓ ਜਾਂ ਜਸ ਟੀਵੀ ਦੇ ਰਾਹੀਂ ਕਰ ਲਓ, ਕਿਸੇ ਤਰ੍ਹਾਂ ਵੀ ਕਰਕੇ ਜ਼ਰੂਰ ਲੋਕਾਂ ਨੂੰ ਜੇ ਤੁਹਾਡੇ ਕੋਲ ਕੋਈ ਐਜੂਕੇਸ਼ਨ ਹੈ ਤਾਂ ਜ਼ਰੂਰ ਉਹਨੂੰ ਵੰਡੋ। ਐਜੂਕੇਸ਼ਨ ਵੰਡਣ ਦੇ ਨਾਲ ਕਦੇ ਘੱਟਦੀ ਨਹੀਂ, ਲੇਕਿਨ ਹਾਂ ਉਹ ਵੱਧਦੀ ਜ਼ਰੂਰ ਹੈ ਕਿ ਅੱਜ ਤੁਸੀਂ ਐਜੂਕੇਟ ਸੀ, ਕੱਲ੍ਹ ਦੋ ਬੰਦੇ ਹੋਰ ਐਜੂਕੇਟ ਹੋ ਗਏ। ਅਤੇ ਦੋਸਤੋ ਇਸੇ ਤਰ੍ਹਾਂ ਜਿਹੜਾ ਅੱਜ ਦਾ ਐਪੀਸੋਡ ਸੀ ਆਪਾਂ ਉਹ ਇੱਥੇ ਹੀ ਖਤਮ ਕਰਾਂਗੇ, ਕਿਉਂਕਿ ਸਮਾਂ ਹੋ ਗਿਆ, ਸਮਾਂ ਜਿਹੜਾ ਤੁਹਾਨੂੰ ਪਤਾ ਕਿਸੇ ਦਾ ਕਿਸੇ ਦੇ ਕੰਟਰੋਲ 'ਚ ਨਹੀਂ, ਇਹ ਸੂਈ ਨੇ ਚੱਲੀ ਜਾਣਾ। ਅੱਜ ਦਾ ਜਿਹੜਾ ਐਪੀਸੋਡ ਆਪਾਂ ਇੱਥੇ ਖਤਮ ਕਰਦੇ ਹਾਂ, ਦਿਓ ਜਿੰਮੀ ਬੜਾ ਨੂੰ ਇਜਾਜ਼ਤ, ਆਪਾਂ ਮਿਲਾਂਗੇ ਫਿਰ ਨੈਕਸਟ ਟਿਊਜ਼ਡੇ ਮੰਗਲਵਾਰ ਨੂੰ। ਸਤਿ ਸ਼੍ਰੀ ਅਕਾਲ।